ਸੁਣਨਾ। ਵਾਹਿਗੁਰੂ 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 ਜੁੜ ਕੇ ਜੀ ਜੁੜ ਕੇ ਜੁੜ ਕੇ ਮਨ ਨੂੰ ਇਕਾਗਰ ਕਰਕੇ ਵਾਹਿਗੁਰੂ 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 ਸੋਚਿਓ ਨਾ ਕੁਝ ਵੀ ਵਿਚਾਰ ਨਾ ਹੋਣ ਵਾਹਿਗੁਰੂ 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 ਵਾਹਿਗੁਰੂ
ਅਕਬਰ। ਹੱਥ ਜੋੜੋ ਸਾਰੇ, ਮਨ ਦੇ ਵਿਚਾਰਾਂ ਨੂੰ ਬੰਦ ਕਰੋ, ਪਿਆਰ ਨਾਲ ਪੜੋ। ਡੰਡੋਤ ਬੰਦਨ ਅਨਕਵਾਰ, ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ, ਨਾਨਕ ਕੀ ਪ੍ਰਭ ਬੇਨਤੀ ਆਪਣੀ। ਤਰਲਾ ਪਾ ਕੇ ਮੰਗੋ, ਨਾਨਕ ਕੀ ਪ੍ਰਭ ਆਪਣੀ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ। ਸਦਾ ਰਹੂੰ ਰੰਗ ਰਾਤਾ, ਸਦਾ ਰਹੂੰ ਰੰਗ ਰਾਤਾ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਚਿੱਟੇ ਦਾੜੇ ਵਾਲਾ ਮੰਗਤਾ ਬਣਿਆ ਸੀ ਤੇ ਕਾਲੀ ਦਾੜੀ ਵਾਲਾ ਦਾਤਾ ਬਣਿਆ ਸੀ। ਆਖੋ ਵਾਹਿਗੁਰੂ, ਇਹ ਤੇਰੇ ਤੇ ਮੇਰੇ ਇਤਿਹਾਸ ਦਾ ਪੰਨਾ ਹੈ। ਚਿੱਟੇ ਦਾੜੇ ਵਾਲਾ ਡਰਦੇ ਕਿਉਂ ਬੋਲਣਾ, ਝੋਲੀ ਅੱਡ ਕੇ ਕਹਿਣ ਡਿਆ ਸੀ ਹਮ ਭੀਖਕ। ਜਿਹੜੇ ਤਖ਼ਤ ਤੇ ਬੈਠੇ ਸੀ ਉਹਨਾਂ ਦੀ ਉਮਰ ਥੋੜ੍ਹੀ ਸੀ ਅਤੇ ਦਾੜਾ ਕਾਲਾ ਸੀ। ਆਖੋ ਵਾਹਿਗੁਰੂ, ਦਾੜਾ ਕਾਲਾ ਸੀ। ਮੰਗਣ ਵਾਲੇ ਦਾ ਲੱਕ ਕੁੱਬਾ ਸੀ, ਕੱਦ ਮਧਰਾ ਸੀ, ਇਤਨਾ ਸੀ। ਦੇਣ ਵਾਲੇ ਨੇ ਪਛਾਣ ਲਿਆ, ਆਖੋ ਵਾਹਿਗੁਰੂ ਇਹ ਰਿਸ਼ਤੇ ਚ ਮੇਰਾ ਕੁੜਮ ਲੱਗਦਾ ਹੈ, ਹਾਜ਼ਰ ਹੋ। ਇਹ ਰਿਸ਼ਤੇ ਚ ਮੇਰਾ ਕੁੜਮ ਲੱਗਦਾ ਹੈ। ਇਹਨਾਂ ਦੇ ਘਰ ਸਾਡੀ ਬੱਚੀ ਵੀ ਆਈ, ਆ ਪੁਰਖਾ ਹੱਥ ਜੋੜ ਕੇ ਕਿਉਂ ਖੜਾ ਹੈ, ਮੇਰੇ ਨਾਲ ਬੈਠ। ਆਖੋ ਵਾਹਿਗੁਰੂ ਕੀ ਆਖਿਆ, ਮੇਰੇ ਨਾਲ ਬੈਠ, ਤੂੰ ਸਾਡਾ ਕੁੜਮੇ। ਤੇ ਬਜ਼ੁਰਗ ਨੇ ਆਖਿਆ, ਮੈਂ ਅੱਜ ਦੀ ਘੜੀ ਚ ਕੁੜਮ ਬਣ ਕੇ ਨਹੀਂ ਆਇਆ, ਹਾਜ਼ਰ ਰਹੋ।
ਅੱਜ ਦੀ ਘੜੀ ਚ ਆਇਆ ਹੋਊਗਾ ਕਈ ਵਾਰ ਪਹਿਲਾਂ ਵੀ ਅੱਗੇ ਵੀ ਆਊਂਗਾ, ਮਗਰ ਅੱਜ ਦੀ ਘੜੀ ਮੈਂ ਕੁੜਮ ਬਣ ਕੇ ਨਹੀਂ ਆਇਆ। ਆਵਾਜ਼ ਆਈ, ਸਮਝ ਰਹੇ ਹੋ ਜੀ ਸਰ? ਆਵਾਜ਼ ਆਈ, ਜੇ ਕੁੜਮ ਨਹੀਂ ਤੂੰ ਤਾਂ ਸਾਡਾ ਹੈ ਤੇ ਕੁੜਮੇ, ਅੱਜ ਕੀ ਬਣ ਕੇ ਆਇਆ ਹੈ? ਅੱਜ ਮੈਂ ਭਿਖਾਰੀ ਬਣ ਗਿਆ। ਤੁਸੀਂ ਵੀ ਕਦੀ ਕਹਿਣਾ ਅੱਜ ਮੈਂ ਪਾਲਾ ਸਾਹਿਬ ਬਣ ਕੇ ਪਾਲਾ ਸਿੰਘ ਬਣ ਕੇ ਨਹੀਂ ਆਇਆ, ਅੱਜ ਮੈਂ ਕੇਵਲਾ ਭਾਵਨਾ ਲੈ ਕੇ ਆਇਆ ਵੀ ਮੈਂ ਤੇਰੇ ਦਰਦਾ ਹਮ ਭੀਖਕ। ਬੋਲੋ, ਬਾਣੀ ਨੇ ਤੁਹਾਨੂੰ ਮੈਨੂੰ ਬੜਾ ਲਾਗੇ ਲਿਆਂਦਾ, ਜੇ ਬਾਣੀ ਉਚਾਰੋਗੇ ਤੇ। ਜਦੋਂ ਬੇਨਤੀ ਕਰਦਾ ਦਾ ਤੁਹਾਡਾ ਚੌਂਕੀਦਾਰ, ਜਦੋਂ ਤੁਸੀਂ ਮੂੰਹ ਚੋਂ ਬਾਣੀ ਉਚਾਰਦੇ ਹੋ ਤੇ ਤੁਸੀਂ ਇੱਥੇ ਹਾਜ਼ਰ ਹੋ ਜਾਂਦੇ ਹੋ, ਜਦੋਂ ਸੁਣਦੇ ਹੋ ਤੇ ਵਿੱਚੋਂ ਭੱਜ ਜਾਂਦੇ ਹੋ। ਇਸ ਤਰ੍ਹਾਂ ਹੁੰਦਾ ਕਿ ਨਹੀਂ? ਬੋਲਣਾ, ਤੁਸੀਂ ਚੁੱਪ ਹੋ ਗਏ ਹੋ ਸੁਰਤ ਵਿੱਚੋਂ, ਝੂਠ ਆ ਗਏ? ਸੱਚ ਆ, ਬੋਲਣਾ, ਤੁਸੀਂ ਚੁੱਪ ਹੋਏ ਨਹੀਂ ਤੇ ਬਿਜਲੀ ਸੁਰਤ ਕਿਤੇ ਦੀ ਕਿਤੇ, ਜਦੋਂ ਬੋਲੋਗੇ ਫਿਰ ਇੱਥੇ ਆ ਜਾਓਗੇ। ਪ੍ਰੈਕਟੀਕਲ ਕਰਕੇ ਵੇਖੋ, ਹਮ ਭੀਖਕ ਤੇ ਤੂੰ ਨਿਜ ਪਤ ਹੈ ਦਾਤਾ। ਅੱਛਾ, ਤੂੰ ਭਿਖਾਰੀ ਹੈ, ਮੈਂ ਨਹੀਂ ਮੰਨਦਾ ਵੀ ਤੂੰ ਭਿਖਾਰੀ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ ਮੈਂ ਨਹੀਂ ਮੰਨਦਾ ਵੀ ਤੂੰ ਭਿਖਾਰੀ ਹੈ। ਕਿਉਂ ਮਹਾਰਾਜ? ਮੈਂ ਆਪ ਕਹਿਣ ਡਿਆ ਵੀ ਮੈਂ ਤੇਰੇ ਦਰ ਦਾ ਭਿਖਾਰੀ ਹਾਂ। ਆਵਾਜ਼ ਆਈ ਤਖਤ ਤੋਂ, ਮੰਗਣ ਵਾਲਿਆਂ ਦੇ ਹੱਥ ਵਿੱਚ ਠੂਠਾ ਹੁੰਦਾ ਹੈ, ਠੂਠਾ ਜਿਹਦੇ ਵਿੱਚ ਮੰਗੀ ਹੋਈ ਚੀਜ਼ ਨੂੰ ਪਾਈ ਦਾ, ਉੱਚੀ ਬੋਲੋ, ਆਨੰਦ ਆਊਗਾ। ਜਿਹਦੇ ਵਿੱਚ ਮੰਗਣ ਵਾਲੀ ਚੀਜ਼ ਨੂੰ ਪਾਈ ਦਾ ਕੋਈ ਬਰਤਨ ਹੁੰਦਾ, ਠੂਠਾ ਚਾਹੀਦਾ, ਤੇ ਤੇਰੇ ਹੱਥ ਵਿੱਚ ਤੇ ਕੋਈ ਠੂਠਾ ਹੀ ਹੈ ਨਹੀਂ। ਮੈਂ ਕਿਤਨਾ ਮਨਾ ਤੂੰ ਪੁਕਾਰੀ ਹੈ? ਬਜ਼ੁਰਗ ਨੇ ਹੱਥ ਜੁੜ ਕੇ ਆਖਿਆ ਭੁੱਲ ਗਿਆ, ਮੈਨੂੰ ਛੁੱਟੀ ਦਿਓ, ਮੇਰਾ ਪਿੰਡ ਕੋਈ ਇੱਥੋਂ ਦੂਰ ਨਹੀਂ, ਮੈਂ ਜਾ ਕੇ ਭਾਂਡਾ ਲੈ ਕੇ ਆਉਣਾ। ਤਖ਼ਤ ਤੋਂ ਆਵਾਜ਼ ਆਈ, ਕਿਹੜੀ ਧਾਤੂ ਦਾ ਭਾਂਡਾ ਲਿਆਏਗਾ? ਅੱਖ ਵਾਹਿਗੁਰੂ, ਸਮਝ ਲੱਗ ਰਹੀ ਜੀ? ਕਿਹੜੀ ਧਾਤੂ ਦਾ ਭਾਂਡਾ ਲਿਆਏਗਾ? ਉਹਨੇ ਕਿਹਾ ਜੀ, ਜੇ ਵਡਾਪ ਤੇਵੜ ਤੇਰੀ ਦਾਤ, ਜਿੱਡਾ ਤੂੰ ਵੱਡਾ ਦਾਤਾ ਹੈ ਓਡੀ ਵੱਡੀ ਤੇਰੀ ਦਾਤ ਹੋਊਗੀ। ਤੇ ਮੈਂ ਸੋਨੇ ਦਾ ਭਾਂਡਾ ਲਿਆ ਕੇ ਆਉਣਾ, ਮੈਂ ਸੋਨੇ ਦਾ ਭਾਂਡਾ ਲਿਆ ਆਉਣਾ। ਹਾਲੀ ਇੰਨੀ ਗੱਲ ਕਰਕੇ ਤੁਰਨ ਲੱਗੇ ਸੀ, ਪਿੱਛੋਂ ਆਵਾਜ਼ ਆਈ, ਬਜ਼ੁਰਗਾ ਪੁਰਖਾ, ਜਿਹੜੀ ਚੀਜ਼ ਤੂੰ ਮੰਗਣ ਆਇਆ ਹੈ ਨਾ, ਇਹ ਸੋਨੇ ਦੇ ਭਾਂਡੇ 'ਚ ਨਹੀਂ ਪੈਂਦੀ। ਨੋਟ ਕਰੋ ਗੁਰੂ ਕੇ ਸਿੱਖੋ, ਬਿਲਕੁਲ ਸੁਸਤ ਨਾ ਹੋਣਾ, ਆਪਣੇ ਆਪ ਨੂੰ ਘੇਰ ਕੇ ਰੱਖੋ, ਕੀ ਸੁਣ ਰਹੇ ਹੋ? ਜਿਹੜੀ ਚੀਜ਼ ਤੋਂ ਆਣ ਕੇ ਮੰਗੀ ਵੀ ਹੋ ਦਿਆਲ, ਨਾਮ ਦਿਓ ਆਪਣਾ, ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ। ਜਿਹੜਾ ਨਾਮ ਦਾ ਧਨ ਮੰਗਿਆ ਇਹ ਸੋਨੇ ਦੇ ਭਾਂਡੇ 'ਚ ਨਹੀਂ ਪੈਂਦਾ। ਮੈਂ ਆਪ ਜੀ ਨੂੰ ਕਹਾਂ, ਪਤਾ ਨਹੀਂ ਤੁਹਾਡੇ ਵਿੱਚੋਂ ਕਿਸੇ ਨੇ ਸੋਨਾ ਪਾਇਆ ਹੋਵੇ, ਜਿਸ ਬੰਦੇ ਦੇ ਹੱਥ ਵਿੱਚ ਸੋਨੇ ਦਾ ਕੜਾ ਹੈ ਤੇ ਸੋਨੇ ਦੀ ਮੁੰਦਰੀ ਤੇ ਗਲ ਵਿੱਚ ਚੈਨ ਆ ਸੋਨੇ ਦੀ, ਨਾਮ ਨਹੀਂ ਹੈਗਾ। ਸੋਨਾ ਪਿਆ ਹੀ ਤਾਂ ਵਾ, ਨਾਮ ਨਹੀਂ ਹੈਗਾ ਤੇ। ਝੂਠ ਦਾ ਸਹਾਰਾ ਲਿਆ ਹੀ ਤਾਂ ਹੈ, ਸੱਚ ਦਾ ਧਨ ਨਹੀਂ ਹੈਗਾ ਤੇ। ਤੁਸੀਂ ਕਦੀ ਕਿਸੇ ਫਕੀਰ ਦੇ ਹੱਥ ਵਿੱਚ
ਸੋਨੇ ਦਾ ਕੜਾ ਨਹੀਂ ਵੇਖੋਗੇ, ਉਹਦੇ ਕੋਲ ਨਾਮ ਹੈ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਭਲਾ ਮੈਂ ਕੀ ਕਿਹਾ, ਰੱਬ ਦਾ ਨਾਮ ਜਪਣ ਵਾਲੇ ਦੇ ਹੱਥ ਵਿੱਚ ਸਰਬਲੋ ਦਾ ਕੜਾ। ਇਹਦੇ ਬਾਰੇ ਗੁਰਬਾਣੀ ਚ ਲਿਖਿਆ ਵੀ ਇਹ ਨਿਸ਼ਾਨੀ ਸਾਧਕੀ। ਬੋਲੋ ਬੋਲੋ, ਜਦੋਂ ਕੜੇ ਵੱਲ ਵੇਖੋ, ਸਾਧ ਕਿਹੜਾ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਆ ਹੁਣ ਵੀ ਥੋੜ੍ਹਾ ਜਿਹਾ ਲੇਟ ਤਾਂ ਹੋ ਗਿਆ, ਕਾਫੀ ਬੱਚੇ ਇੱਕ ਮਕਾਨ 'ਚ ਰਹਿੰਦੇ ਸੀ, ਉਹਨਾਂ ਨੇ ਆਖਿਆ ਸਾਡੇ ਕੋਲ 2 ਮਿੰਟ ਲਈ ਹੋ ਕੇ ਜਾਇਓ, ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਸਾਰਿਆਂ ਨੂੰ ਵੇਖਿਆ, ਤਿਆਰੀ ਤੇ ਸੀ, ਤਿਆਰ ਤੇ ਸੀ, ਕਹਿੰਦਾ ਕੋਈ ਨਹੀਂ। ਕਿੰਨਿਆਂ ਬੱਚਿਆਂ ਨੂੰ ਸਰੋਪੇ ਦੇ ਕੇ ਸਿੱਖੀ ਲਈ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੀਸ ਦਾ ਸਦਕਾ ਕੇਸਰ ਖਾ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਇਆ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਨੂੰ ਸਿੱਖੀ ਬਖਸ਼ੋ। ਜੋ ਤਿਆਰ ਸੀ, ਉਹ ਤਿਆਰ ਸੀ, ਪਹਿਲੋਂ ਹੀ ਬੈਠੇ, ਹੀਰਾ ਦੱਬਿਆ ਪਿਆ ਸੀ, ਖਰੁਚਣ ਵਾਲਾ ਸੀ, ਅੰਦਰੋਂ ਸਾਰੇ ਹੀਰੇ ਨਿਕਲੇ, ਦਾੜੀਆਂ ਕੱਟੀਆਂ ਸੀ, ਕਿਸੇ ਨੇ ਕੇਸ ਨਹੀਂ ਸੀ ਰੱਖੇ। 2 ਮਿੰਟਾਂ ਵਿੱਚ ਜਿਹਨੂੰ ਜਿਹਨੂੰ ਕਿਹਾ ਆ ਜਾ ਭਾਈ ਸਰੋਪਾ ਲੈ ਲਾ, ਤਿਆਰ ਆ, ਜਕਾਰੇ ਛੱਡ ਕੇ। ਗੁਰੂ ਕਿਹਾ ਸਿੱਖਾ ਜਰਾ ਸਮਝਣ ਦੀ ਕੋਸ਼ਿਸ਼ ਕਰ, ਜਿਸ ਬੰਦੇ ਦੇ ਹੱਥ ਵਿੱਚ ਸਰਬਲੋਹ ਦਾ ਕੜਾ ਹੈ, ਨਾਲ ਹੀ ਗੁਰਬਾਣੀ ਵਿੱਚ ਇਹ ਐਸਾ ਕੀਤਾ ਹੈ ਕਿ ਇਹ ਨਿਸ਼ਾਨੀ ਸਾਧਕੀ। ਮੈਨੂੰ ਸਾਧ ਦਾ ਨਾਂ ਦੱਸੋਗੇ? ਗੁਰੂ ਗੋਬਿੰਦ। ਬੋਲੋ ਬਈ ਆਪਣੇ ਬਾਪੂ ਦਾ ਨਾਂ। ਇਹ ਕੜਾ ਕਿੰਨੇ ਪਵਾਇਆ ਆਪਾਂ ਨੂੰ? ਤੇ ਆਖੋ ਨਾ ਇਹ ਨਿਸ਼ਾਨੀ ਕੜਾ ਕੁੜਮ ਦੀ ਨਿਸ਼ਾਨੀ ਹੋ ਸਕਦੀ? ਸਰਬਲੋਹ ਦਾ ਕੜਾ ਤਾਂ ਗੁਰੂ ਦੀ ਨਿਸ਼ਾਨੀ ਹੈ, ਜਿਹੜਾ ਸੋਨੇ ਦਾ ਹੈ ਉਹ ਤੈਨੂੰ ਕੁਛ ਸੱਦ ਕੇ ਪੁੱਛ ਸਕਦਾ, ਪਾਈਏ ਕਿੰਨੇ ਪਾਇਆ? ਮੇਰੇ ਕੁੜਮਾਂ ਨੇ ਪਾਇਆ।
ਇਹ ਮੁੰਦਰੀ ਕਿੰਨੇ ਪਾਈ? ਮੇਰੇ ਕੁੜਮਾਂ ਨੇ ਪਾਈ, ਮੇਰੇ ਪੁੱਤ ਨੇ ਪਾਈ, ਮੇਰੇ ਧੀ ਨੇ ਪਾਈ। ਜਦੋਂ ਤੇਰਾ ਆਹ ਅਕੜੇ ਬਾਰੇ ਲੋਕੀ ਪੁੱਛਣਗੇ, ਇੱਕ ਵਾਰ ਮੂੰਹ ਅੰਮ੍ਰਿਤ ਨਾਲ ਭਰ ਜੂਗਾ ਜਦੋਂ ਕਹੇਗਾ ਇਹ ਕੜਾ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ। ਇਹ ਨਿਸ਼ਾਨੀ ਜਿਸ ਭੇਟ ਤਰੀਏ, ਜਿਹਦੇ ਕੋਲ ਆਉਣ ਦੇ ਨਾਲ ਤਰਨ ਦਾ ਰਾਹ ਪੱਧਰਾ ਹੋ ਗਿਆ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਤਰਨ ਦਾ ਰਾਹ ਪੱਧਰਾ ਹੋ ਗਿਆ। ਤੁਸੀਂ ਇਹ ਪੁੜ ਤੇ ਤੁਰ ਰਹੇ ਹੋ, ਕਿਸੇ ਪੰਜਾਬੀ ਦੀ ਭਾਲ ਕਰਦੇ ਹੋ ਵੀ ਕੋਈ ਪੰਜਾਬੀ ਮਿਲ ਜਾਏ। ਕਿੱਥੇ? ਏਅਰਪੋਰਟ ਤੇ ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਤੁਸੀਂ ਲੱਭਦੇ ਹੋ ਕੋਈ ਪੰਜਾਬੀ ਮਿਲ ਜਾਏ ਮੇਰੀ ਹੈਲਪ ਕਰਦੇ। ਹੁਣ ਉਹਨੇ ਕੇਸ ਕੱਟੇ ਨੇ, ਦਾੜਾ ਕੱਟਿਆ, ਮਗਰ ਤੁਸੀਂ ਲੱਭਦੇ ਹੋ ਮੂੰਹ ਦੇ ਉੱਤੇ ਤੇ ਕਿਸੇ ਦੇ ਲਿਖਿਆ ਨਹੀਂ ਮੈਂ ਪੰਜਾਬੀ ਹਾਂ। ਉਹਦੇ ਹੱਥ ਵਿੱਚ ਲੋਹੇ ਦਾ, ਉੱਚੀ ਬੋਲੋ। ਤੁਸੀਂ ਉਹਨੂੰ ਆਖਿਆ ਵੀਰ ਜੀ ਤੁਸੀਂ ਪੰਜਾਬੀ ਹੋ, ਕਹਿੰਦਾ ਹਾਂ। ਤੈਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ? ਗੁਰੂ ਗੋਬਿੰਦ ਸਿੰਘ ਦੇ ਕੜੇ ਨੇ ਦੱਸਤਾ ਤੂੰ ਪੰਜਾਬੀ ਆ। ਜਿਨ੍ਹਾਂ ਦੇ ਨਹੀਂ ਉਹ ਪਾਇਓ, ਆਖੋ ਵਾਹਿਗੁਰੂ। ਕਹਿਣ ਇਹ ਲੱਗਾ ਸਾ ਵੀ ਜਿਹਦੇ ਹੱਥ ਵਿੱਚ ਕੜਾ ਹੈ ਤੇ ਚੈਨ ਆ ਤੇ ਮੁੰਦਰੀ ਆ, ਗੁੱਸਾ ਨਾ ਕਰਿਓ। ਜਿਨ੍ਹਾਂ ਨੂੰ ਰੱਬ ਨੇ ਦਿੱਤਾ ਪਾਓ ਬਈ, ਆਪਣੀ ਮਨ ਮਰਜ਼ੀ ਕਰੋ, ਆਖੋ ਵਾਹਿਗੁਰੂ। ਵੈਸੇ ਤੁਸਾਂ ਪਾਲਕੀਆਂ ਵੀ ਸੋਨੇ ਦੀਆਂ ਬਣਾਤੀਆਂ, ਤੁਸੀਂ ਚੌਰ ਵੀ ਸੋਨੇ ਦੇ ਬਣਾਤੇ, ਆਖੋ ਵਾਹਿਗੁਰੂ। ਜਿਸ ਗੁਰਦੁਆਰੇ ਚ ਸੋਨੇ ਦੀ ਪਾਲਕੀ ਨਹੀਂ ਹੋ ਗਈ ਉਹ ਗੁਰਦੁਆਰਾ ਗਰੀਬਾਂ ਦਾ ਹੋ ਗਿਆ। ਪਕੜ ਰਹੇ ਹੋ ਜੀ? ਜਿਸ ਗੁਰਦੁਆਰੇ ਚ ਸੋਨੇ ਦਾ ਚੌਰ ਹੋ ਗਿਆ ਉਹ ਅਮੀਰਾਂ ਦਾ ਹੋ ਗਿਆ। ਭਾਈ ਇਹ ਵੱਖਵਾਦ ਗੁਰੂ ਨੇ ਨਹੀਂ ਸੀ ਕੀਤਾ, ਸੱਭੇ ਸਾਂਝੀ ਵਾਲਸ ਦੈਨ ਗੁਰੂ ਨੇ ਸਾਰਿਆਂ ਨੂੰ ਇੱਕ ਰਸ ਬਣਾਇਆ ਸੀ। ਤੇ ਕੜਾ ਲੋਹੇ ਦਾ ਤਾਂ ਪਾਇਆ ਸੀ ਵੀ ਗਰੀਬ ਵੀ ਪਾਵੇ ਤੇ ਅਮੀਰ ਵੀ ਪਾਵੇ, ਤਾਂ ਕਰਕੇ ਦਿੱਤਾ ਸੀ ਗੁਰੂ ਸਾਹਿਬ ਨੇ ਸਾਨੂੰ। ਇੱਕ ਗੱਲ ਚ ਭੇਦ ਛੁਪੇ ਪਏ, ਇਹ ਨਿਸ਼ਾਨੀ ਸਾਧਕੀ ਜਿਸ ਪੇੜ ਤੇ ਤਰੀਏ, ਜਮ ਕੰਕਰ ਨੇੜ ਨਾ ਆਵੇ। ਲੋਹੇ ਦੇ ਕੜੇ ਵਾਲੇ ਨੂੰ ਗੁਰੂ ਨੇ ਕੀ ਕਿਹਾ? ਜਮ ਵੀ ਤੈਨੂੰ ਹੱਥ ਪਾਉਣ ਲੱਗੇ ਪਹਿਲਾਂ ਵੇਖਣਗੇ ਤੇਰੇ ਹੱਥ ਚ ਕੜਾ ਕਿਹੜਾ ਹੈ, ਤੇ ਜਦੋਂ ਕੜੇ ਵਾਲੇ ਹੱਥ ਨੂੰ ਫੜਨ ਲੱਗਣਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਖੜੇ ਹੋਣਗੇ। ਜਮ ਕੰਕਰ ਨੇੜ ਨਾ ਆਵੇ ਫਿਰ ਬੌੜ ਨਾ ਮਰੀਏ, ਜੰਮਣ ਮਰਨ ਕੱਟਿਆ ਜਾਊ। ਭੁਲਿਆ ਪੁਰਸ਼ਾ, ਸੋਨੇ ਦੇ ਭਾਂਡੇ ਚ ਤੇ ਇਹ ਚੀਜ਼ ਪੈਣੀ ਨਹੀਂ, ਆਖੋ ਵਾਹਿਗੁਰੂ। ਬਾਬੇ ਫਰੀਦ ਨੇ ਇੱਕ ਚੋਟ ਹੋਰ ਮਾਰੀ ਆ, ਇੱਕ ਮਿੰਟ ਲਾ ਕੇ ਫਿਰ ਅੱਗੇ ਚੱਲਦਾ। ਬਾਬਾ ਫਰੀਦ ਕਹਿੰਦਾ, ਫਰੀਦਾ ਗਰਭ ਜਿੰਨਾ ਵਡਿਆਈਆਂ, ਜਿਹਨੂੰ ਜਿਹਨੂੰ ਬਾਣੀ ਆਉਂਦੀ ਭਲਾ ਬੋਲੋ। ਹਾਂ, ਗਰਭ ਮੈਨੇ ਦੋ ਤਰ੍ਹਾਂ ਨਾਲ ਗਰਭ ਲਿਖਿਆ, ਗੱਗਾ ਰਾਰਾ ਬੱਬਾ, ਗੱਗਾ ਰਾਰਾ ਭੱਬਾ। ਜਿਹੜਾ ਗੱਗਾ ਰਾਰਾ ਭੱਬਾ ਵਾ ਉਹ ਗਰਭ ਉਹ ਆ ਜਿਹੜਾ ਮਾਂ ਦੇ ਪੇਟ ਵਿੱਚ ਜਾਣਾ, ਜੰਮਣ ਮਰਨ ਦੇ ਚੱਕਰ ਚ ਪੈਣਾ, ਉਹਨੂੰ ਗਰਭ ਕਹਿੰਦੇ। ਮਾਤ ਗਰਭ ਮੈਂ ਉੱਥੇ ਵੇਖੋ ਭੱਬਾ ਹੈ, ਗਰਭ ਦਾ ਜਿਹੜਾ ਬੱਬਾ ਹੈ ਇਹ ਜਿਹੜਾ ਕੜਾ ਹੈ ਇਹਦੀ ਗਰੀਬ ਨਵਾਜ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਸਾਨੂੰ ਦੇ ਕੇ। ਬਾਬੇ ਫਰੀਦ ਨੇ ਉੱਥੇ ਬੱਬਾ ਬਖਸ਼ਿਆ ਹੈ ਤੇ ਕਹਿੰਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਅਗਾਹ। ਧਨ ਇੱਕ ਤੇ ਪੈਸਾ ਬੜਾ ਹੋਵੇ, ਇੱਕ ਸੁੰਦਰਤਾ ਬੜੀ ਹੋਵੇ। ਬੋਲੋ ਕਿ ਭਲਾ ਸਮਝ ਵੀ ਰਹੇ ਹੋ ਕਿ ਨਹੀਂ? ਆ ਪਿਆਰੇ ਰੱਬ ਦੇ, ਸਮਝ ਰਹੇ ਹੋ ਗੱਲ ਨੂੰ? ਇੱਕ ਉਹਦੇ ਕੋਲ ਨੈਣ ਨਕਸ਼ ਬੜੇ ਸੋਹਣੇ ਹੋਣ, ਅੱਖਾਂ ਸੋਹਣੀਆਂ ਹੋਣ, ਦੰਦ ਚਿੱਟੇ ਹੋਣ, ਰੰਗ ਚਰਮੜੀ ਬੜੀ ਚਿੱਟੀ ਹੋਵੇ, ਤੇ ਇੱਕ ਉਹਦੇ ਕੋਲ ਪੈਸਾ ਬੜਾ ਹੋਵੇ। ਧਨ ਜੋਬਨ ਅਗਾਹ,
ਤੇ ਜਿਸ ਤਰ੍ਹਾਂ ਪਹਾੜਾਂ ਦੇ ਉੱਤੇ ਮੀਂਹ ਪੈਂਦਾ ਤੇ ਸਾਰਾ ਤਿਲਕ ਕੇ ਮੀਂਹ ਝੀਲਾਂ ਭਰ ਜਾਂਦੀਆਂ ਤੇ ਪਹਾੜ ਫੇਰ। ਜਿਹੜੇ ਹੰਕਾਰੀ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆਉਂਦੇ ਨੇ, ਜਿਸ ਤਰ੍ਹਾਂ ਦੇ ਸੁੱਕੇ ਆਉਂਦੇ ਉਸ ਤਰ੍ਹਾਂ ਦੇ ਮੁੜ ਜਾਂਦੇ, ਝੀਲਾਂ ਭਰ ਜਾਂਦੀਆਂ। ਨੀਵੀਂ ਸੁਰਤੀ ਵਾਲੇ ਲੋਕ ਇੱਥੋਂ ਝੋਲੀਆਂ ਭਰ ਕੇ ਲੈ ਜਾਂਦੇ। ਖਾਲੀ ਚੱਲੇ ਧਣੀ ਸਿਓ ਟਿੱਬੇ ਜੋ ਮਿਉਂ, ਜਿਸ ਤਰ੍ਹਾਂ ਟਿੱਬਿਆਂ ਤੇ ਮੀਂਹ ਪਵੇ ਤੇ ਖਾਲੀ ਰਹਿ ਜਾਂਦੇ ਨਾ, ਇਤਨਾ ਹੀ ਅਮੀਰ ਬੰਦਾ ਹੰਕਾਰੀ ਬੰਦਾ ਅਮੀਰ ਗਰੀਬ ਵੀ ਹੋ ਸਕਦਾ ਹੈ। ਆਖੋ ਵਾਹਿਗੁਰੂ। ਇੱਕ ਬਹੁਤ ਵੱਡਾ ਅਮੀਰ ਵੀ ਹਿਰਦੇ ਚੋਂ ਗਰੀਬ ਹੋ ਸਕਦਾ ਹੈ, ਮਗਰ ਉੱਤੇ ਉੱਤੇ ਦੀ ਜਿਹੜੀ ਕਹਾਣੀ ਹੈ, ਜਿਹੜਾ ਅਮੀਰ ਆ ਉਹ ਉੱਥੇ ਗੁਰਬਾਣੀ ਚ ਲਿਖਿਆ ਬਾਬੇ ਫਰੀਦ ਨੇ, ਖਾਲੀ ਚੱਲੇ ਧਣੀ ਸਿਓਂ, ਧਣੀ ਮੀਨਜ ਵਾਹਿਗੁਰੂ ਤੋਂ, ਧਣੀ ਦਾ ਮਤਲਬ ਕੀ, ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਖਾਲੀ ਚਲੇ ਗਏ ਉਹ, ਜਿਹਨਾਂ ਕੋਲ ਦੋ ਚੀਜ਼ਾਂ ਹੋ ਗਈਆਂ, ਧਨ ਤੇ ਜੋਬਨ। ਇਹ ਚੀਜ਼ਾਂ ਦੋਵਾਂ ਵਾਲਾ ਬੰਦਾ ਇੱਥੋਂ ਖਾਲੀ ਮੁੜ ਜਾਂਦਾ। ਬਾਬੇ ਅਮਰਦਾਸ ਨੇ ਕਿਹਾ, ਮੈਂ ਸੋਨੇ ਦਾ ਬਰਤਨ ਲਿਆਉਣਾ ਜੀ, ਤੁਸੀਂ ਮੈਨੂੰ ਦਾਤ ਦੇ ਦਿਓ ਅੱਜ। ਪਿੱਛੋਂ ਆਵਾਜ਼ ਆਈ, ਜਿਹੜੀ ਚੀਜ਼ ਮੰਗੀ ਉਹ ਸੋਨੇ ਚ ਨਹੀਂ ਪੈਂਦੀ। ਆਖਿਆ ਮਹਾਰਾਜ, ਕੱਚ ਦਾ ਭਾਂਡਾ ਲਿਆਉਣਾ, ਕਹਿਣ ਦਾ ਭਾਂਡਾ ਲਿਆਉਣਾ। ਆਖੋ ਵਾਹਿਗੁਰੂ, ਤੁਸੀਂ ਹੁਕਮ ਕਰੋ, ਜਿਹੜੀ ਧਾਤੂ ਦਾ ਭਾਂਡਾ ਕਰੋਗੇ ਮੈਂ ਲੈ ਕੇ ਆਜੂਗਾ, ਮਗਰ ਮੈਂ ਅੱਜ ਲੈ ਕੇ ਜਾਣਾ ਜੇ। ਨਾਮ ਦਾ ਧਨ ਤੁਹਾਡੇ ਕੋਲ ਪਤਾ ਲੱਗ ਰਿਹਾ ਸੀ, ਉਹ ਨਾਮ ਦਾ ਧਨ ਤੁਹਾਡੇ ਕੋਲੋਂ ਲੈ ਕੇ ਜਾਣਾ ਜੇ, ਤੁਸੀਂ ਮੈਨੂੰ ਭਾਂਡਾ ਹੁਕਮ ਕਰੋ ਕਿਹੜਾ ਲੈ ਕੇ ਆਉ। ਤੇ ਇੱਥੋਂ ਆਵਾਜ਼ ਆਈ, ਜਿਹੜਾ ਕਾਲੇ ਦਾੜੇ ਵਾਲਾ ਪਾਤਸ਼ਾਹ ਸੀ ਗੁਰੂ ਅੰਗਦ ਦੇਵ ਪਾਤਸ਼ਾਹ, ਪੁਰਖਾ ਸੇਵਾ ਦਾ ਭਾਂਡਾ ਹੈਗਾ ਹੀ ਨਹੀਂ ਪਤਾ ਲੱਗੋ, ਬੋਲੋ ਮੈਂ ਕੀ ਕਿਹਾ। ਤੇ ਤੁਹਾਨੂੰ ਵੀ ਨਾਮ ਦਾ ਧਨ ਦੇਣ ਲੱਗਿਆ ਗੁਰੂ ਨੇ ਪੁੱਛਣਾ, ਕਦੀ ਭਾਂਡੇ ਮਾਂਜੀ? ਉਹ ਜੁੱਤੀ ਭੁਆ ਕੇ ਮਾਰਨ ਵਾਲੇ ਉਹ ਜੋੜੇ ਖਾਨੇ ਇਸ ਤਰ੍ਹਾਂ ਸੁੱਟ ਦਿਓ, ਜੋੜਾ ਤੇ ਕਿਤੇ ਆਪਣਾ ਸਵਾਰ ਕੇ ਰੱਖ ਲਿਆ ਕਰੋ। ਇੰਨਾ ਸਿਰ ਤੇ ਕਿਤੇ ਨਸ਼ਾ ਚੜ ਗਿਆ ਹੰਕਾਰ ਦਾ, ਹਮ ਅਮਰੀਕਾ ਹੈ ਜੀ, ਹਮ ਅਮਰੀਕਾ ਹੈ ਜੀ। ਹੀਰਾ ਇੰਡੀਆ ਚ ਵੀ ਹੀਰਾ ਏ ਤੇ ਹੀਰਾ ਅਮਰੀਕਾ ਚ ਵੀ ਹੀਰਾ ਏ। ਹੀਰਾ ਆਪਣੀ ਔਕਾਤ ਨਹੀਂ ਬਦਲਦਾ, ਸਿੱਖ ਆਪਣੀ ਭਾਵੇਂ ਉੱਥੇ ਹੋਵੇ ਤੇ ਭਾਵੇਂ ਇੱਥੇ ਹੋਵੇ, ਸਿੱਖ ਸਿੱਖ ਹੁੰਦਾ ਹੈ। ਸਿੱਖ ਦਾ ਹਿਰਦਾ ਗਰੀਬੀ ਨਾਲ ਭਰਿਆ ਹੁੰਦਾ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਭਰੀ ਹੁੰਦੀ ਆ। ਵਾਹਿਗੁਰੂ 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 ਨਾਲ ਭਰ ਜਾਓਗੇ, ਨਾਮ ਜਪੋ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਗੁਰੂ ਤੂੰ ਨੀਚ ਤੂੰ ਨੀਚ ਗੁਰੂ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਬਚਨ ਪਹੁੰਚਿਆ ਸੀ ਵੀ ਬਾਬੇ ਅਮਰਦਾਸ ਨੂੰ ਮਹਾਰਾਜ ਨੇ ਕਿਹਾ ਸੇਵਾ ਦਾ ਭਾਂਡਾ ਹੈਗਾ ਹੀ, ਕੀ ਪੁੱਛਿਆ ਮਤਲਬ ਕੀ ਸੀ? ਕਦੀ ਜੋੜੇ ਝਾੜੇ ਹੀ ਗੁਰੂ ਨਾਨਕ ਦੀ ਸੰਗਤ ਦੇ, ਇਹ ਜੋੜੇ ਗੁਰੂ ਅਰਜਨ ਦੇਵ ਸਾਹਿਬ ਝਾੜਦੇ ਰਹੇ ਤੇ ਦਾੜੇ ਨਾਲ ਝਾੜਦੇ ਰਹੇ, ਕਿੰਨਾ ਫਰਕ ਆ ਤੇਰੇ ਵਿੱਚ ਤੇ ਉਹਦੇ ਵਿੱਚ। ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਕਦੀ ਸੇਵਾ ਕੀਤੀ? ਚਿੱਟੇ ਦਾੜੇ ਵਾਲੇ ਬਜ਼ੁਰਗ ਨੇ ਦੋ ਅੱਥਰੂ ਸੁੱਟੇ ਅੱਖਾਂ ਦੇ ਵਿੱਚੋਂ, ਕਹਿੰਦੇ ਇਹਨਾਂ ਹੱਥਾਂ ਨੇ ਕਦੀ ਸੇਵਾ ਨਹੀਂ ਕੀਤੀ। ਜਿਦਨ ਉਹ ਘਰ ਨਹੀਂ ਨਾ ਮੰਨ ਦੂਗਾ ਆਪਣੇ, ਜਿਨ ਸੇਵਿਆ ਮਾਣ ਕਿਹਨੂੰ ਮਿਲਦਾ? ਜਿਹਨੇ ਵਿੱਚ ਦੁਨੀਆ ਸੇਵ ਕਮਾਈ ਹੈ। ਤਾਂ ਅੱਗੇ ਇੱਕ ਲਿਖਿਆ ਤਾਂ ਇੰਟਰੀ ਤਾਂ ਮਿਲਣੀ। ਬੜੇ ਬੜੇ ਹੰਕਾਰੀ ਹੁਣ ਨਵੀਆਂ ਨਵੀਆਂ ਗੱਲਾਂ ਆਉਣ ਲੱਗ ਪਈਆਂ, ਜੋੜਿਆਂ ਦੀ ਚਰਨ ਧੋਣ ਨੂੰ ਲੋਕ ਡਸਟ ਕਹਿੰਦੇ, ਡਸਟ। ਚੰਗੇ ਚੰਗੇ ਜਿਹੜੇ ਗਿਆਨੀ ਬਣ ਗਏ ਨਾ ਨਵੇਂ, ਆਖੋ ਵਾਹਿਗੁਰੂ। ਕਮਾਈ ਤੋਂ ਬਿਨਾਂ ਗਿਆਨੀ ਵੀ ਨਹੀਂ ਜੇ ਬਣਿਆ ਜਾਂਦਾ, ਇਹ ਵੀ ਨੋਟ ਕਰਿਓ। ਗਿਆਨਵੰਤ ਉਹੀ ਹੈ ਜਿਹਨੇ ਕਮਾਈ ਕੀਤੀ। ਪ੍ਰਭ ਕੇ ਸਿਮਰਨ, ਗਿਆਨ, ਧਿਆਨ, ਤੱਤ, ਬੁੱਧ, ਪਰਮੇਸ਼ਵਰ ਦੇ ਸਿਮਰਨ ਦੇ ਵਿੱਚੋਂ ਦੋ ਚੀਜ਼ਾਂ, ਤਿੰਨ ਚੀਜ਼ਾਂ ਨਿਕਲਦੀਆਂ, ਤੱਤ ਬੁੱਧੀ ਇੱਥੋਂ ਨਿਕਲੀ, ਗਿਆਨ ਧਿਆਨ ਕਿੱਥੋਂ ਨਿਕਲਿਆ? ਸਿਮਰਨ ਦੇ ਵਿੱਚੋਂ ਨਿਕਲਿਆ, ਇਹ ਬਾਹਰੋਂ ਨਹੀਂ ਮਿਲਦਾ। ਆਖੋ ਵਾਹਿਗੁਰੂ। ਪੜ੍ਹਦੇ ਹੋ ਸ੍ਰੀ ਸੁਖਮਨੀ ਸਾਹਿਬ, ਪ੍ਰਭ ਕੇ ਸਿਮਰਨ, ਗਿਆਨ, ਧਿਆਨ, ਤੱਤ, ਬੁੱਧ ਕਿੱਥੋਂ ਆ ਜਾਂਦਾ ਹੈ? ਸਿਮਰਨ ਵਿੱਚੋਂ। ਇੱਥੇ ਭਾਈ ਦਲਜੀਤ ਸਿੰਘ ਸਾਹਿਬ ਹੁੰਦੇ ਸੀ ਟਕਸਾਲ ਦੇ ਸਿੰਘ, ਹੁਣ ਵੀ ਹੋਣਗੇ ਮੈਨੂੰ ਨਹੀਂ ਪਤਾ। ਗਿਆਨੀ ਠਾਕਰ ਸਿੰਘ ਜੀ ਜਿਹੜੇ ਮੁਖੀ ਸੀ ਬਾਬਾ ਜੀ, ਇਹਨਾਂ ਦੇ ਕੋਲ ਕੋਈ ਸਿੰਘ ਆਇਆ ਤੇ ਦਲਜੀਤ ਸਿੰਘ ਨੇ ਸਵਾਲ ਕੀਤਾ, ਸਮਝ ਰਹੇ ਹੋ ਮੈਂ ਕੀ ਕਹਿ, ਦਲਜੀਤ ਸਿੰਘ ਨੇ ਸਵਾਲ ਕੀਤਾ ਤੁਸਾਂ ਵਿੱਦਿਆ ਕਿੱਥੋਂ ਲਈ, ਤੁਸੀਂ ਗਿਆਨ ਕਿੱਥੋਂ ਲਿਆ? ਤੇ ਬਾਬੇ ਠਾਕਰ ਸਿੰਘ ਜੀ ਲੰਮੇ ਪੈ ਰਹਿੰਦੇ ਸੀ, ਆਮ ਕਰਕੇ ਚੁੱਪ ਰਹਿੰਦੇ ਸੀ। ਇਹ ਗੱਲ ਦਾਸ ਨੇ ਸੁਣੀ, ਯੂਨੀਅਨ ਸਿਟੀ ਦੇ ਵਿੱਚ ਕਿਸੇ ਦੇ ਘਰ ਲੰਮੇ ਪਏ ਸੀ। ਕਹਿੰਦੇ ਦਲਜੀਤ ਸਿਆ, ਪਰਮੇਸ਼ਵਰ ਦਾ ਸਿਮਰਨ ਕਰਨ ਵਾਲਿਆਂ ਨੂੰ ਗਿਆਨ ਵੀ ਆ ਜਾਂਦਾ ਹੈ, ਉਹਨਾਂ ਦਾ ਧਿਆਨ ਵੀ ਜੁੜ ਜਾਂਦਾ ਹੈ ਤੇ ਤਤ ਬੁੱਧੀ ਦੀ ਪ੍ਰਾਪਤੀ ਵੀ ਹੋ ਜਾਂਦੀ। ਹੌਲੀ ਬੋਲਦੇ ਹੋ, ਬੋਲੋ ਨਾ, ਕਰਕੇ ਵੇਖਿਓ। ਕੋਈ ਕਿਤਾਬ ਨਹੀਂ ਪੜ੍ਹਨੀ ਪਊਗੀ, ਕਿਤਾਬ ਪੜ੍ਹੀ ਉਧਾਰਾ ਗਿਆਨ ਆ, ਅੰਦਰੋਂ ਨਿਕਲਿਆ ਹੋਇਆ ਸਵੱਛ ਗਿਆਨ ਜਿਹੜਾ ਜਿਹਨੂੰ ਅਨੁਭਵ ਗਿਆਨ ਕਹਿੰਦੇ, ਉਹ ਕਿਤਾਬਾਂ ਚੋਂ ਨਹੀਂ ਮਿਲਦਾ। ਆਖੋ ਵਾਹਿਗੁਰੂ। ਉਹਦਾ ਫਰਕ ਕੀ ਹੋਊਗਾ ਅਨੁਭਵ ਗਿਆਨ ਦਾ ਤੇ ਕਿਤਾਬ ਚੋਂ ਪੜ੍ਹੇ ਹੋਏ ਗਿਆਨ ਦਾ? ਫਰਕ ਕੀ ਹੋਊ? ਕਿਤਾਬ ਚੋਂ ਪੜ੍ਹ ਕੇ ਗਿਆਨ ਬੋਲਣ ਵਾਲਾ ਬੰਦਾ ਹਮੇਸ਼ਾ ਸਟੇਜ ਤੇ ਡਰਿਆ ਰਹੂ, ਨਹੀਂ ਪਤਾ ਲੱਗਾ ਜੀ ਕੀ ਹੋਊਗਾ,
ਡਰੇ ਡਰਿਆ ਬੋਲੂਗਾ ਵੀ ਮੇਰੀ ਗੱਲ ਦੀ ਕੋਈ ਕਾਟ ਨਾ ਕਰਦੇ, ਜੋ ਮੈਂ ਪੜਿਆ ਵਾ ਉਹਦੇ ਨਾਲ ਚੰਗੇ ਤਰੀਕੇ ਨਾਲ ਕਿਸੇ ਹੋਰ ਪੜ ਲਿਆ ਹੋ। ਬਾਬਾ ਕਬੀਰ ਇੱਕ ਬੜੀ ਸੋਹਣੀ ਕਸਵੱਟੀ ਦਿੰਦਾ ਹੈ, ਜੇ ਅਨੁਭਵ ਅਨੁਭਵ ਤੈਂ ਭੈ ਨਹੀਂ। ਸਮਝੋ ਭਲਾ ਮੈਂ ਕੀ ਆਖਿਆ, ਜੇ ਅਨੁਭਵ ਬੋਲੋ ਭਲਾ, ਅਨੁਭਵ ਮਿੰਜ ਅਨੁਭਵੀ ਗਿਆਨ, ਤੈਂ ਭਉ ਨਹੀਂ, ਉਸ ਬੰਦੇ ਦੇ ਚਿਹਰੇ ਤੇ ਡਰ ਨਹੀਂ। ਜੈ ਭਉ ਜਿੱਥੇ ਭਉ ਆ ਤੈਂ ਹਰ ਨਾ ਏ। ਪਤਾ ਲੱਗ ਗਿਆ ਕਿਨੂੰ ਕਿਨੂੰ ਲੱਗਾ ਪਦਾਰਥ ਖੜਾ ਕਰੋ ਭਲਾ। ਆਪ ਜੀ ਨੂੰ ਨੀ, ਸੋਹਣੀ ਪੱਗ ਵਾਲੇ ਸਰਦਾਰ ਜੀ ਨੂੰ ਨੀ ਪਤਾ ਲੱਗਾ, ਲੱਗਾ ਨੀ ਤੁਹਾਨੂੰ ਕਹਿ ਰਿਹਾ ਨਹੀਂ ਲੱਗਾ। ਫੇਰ ਦੱਸਣਾ, ਜਿੱਥੇ ਆਪਣਾ ਅਨੁਭਵੀ ਚਸ਼ਮਾ ਫੁੱਟਿਆ ਹੋਊਗਾ ਨਾ ਤੇ ਧੁਰ ਦਰਗਾਹ ਚੋਂ ਖਬਰ ਆਈ ਹੋਊਗੀ, ਉੱਥੇ ਬੰਦੇ ਦੇ ਚਿਹਰੇ ਤੇ ਡਰ ਨਹੀਂ ਹੁੰਦਾ, ਕਿਉਂਕਿ ਮੈਂ ਨਹੀਂ ਬੋਲਿਆ, ਬੁਲਾਇਆ ਬੋਲੀ ਖਸਮ ਦਾ, ਖਸਮ ਦਾ ਬੁਲਾਇਆ ਬੋਲਿਆ, ਪਿੱਛੋਂ ਚਸ਼ਮਾ ਫੁੱਟਾ ਇੱਕ ਗਿਆਨ ਦਾ, ਉੱਥੇ ਚਿਹਰੇ ਤੇ ਡਰ ਨਹੀਂ ਹੁੰਦਾ। ਜਿਹੜੇ ਬੰਦੇ ਨੇ ਕਿਤਾਬਾਂ ਪੜ੍ਹੀਆਂ ਨੇ ਆਖੋ ਵਾਹਿਗੁਰੂ, ਜਿਹੜਾ ਬੰਦਾ ਕਿਤਾਬ ਦੇ ਵਿੱਚੋਂ ਚੁੱਕ ਕੇ ਗਿਆਨ ਲਈ ਫਿਰਦਾ ਹੈ ਉਹ ਹਮੇਸ਼ਾ ਕਰੀ ਮੁੜੀ ਕਰੂੰਗਾ ਮੈਨੂੰ ਮਾਫ ਕਰਨਾ ਜੀ। ਬੋਲਦੇ ਕਿ ਨਹੀਂ ਬੋਲੋ, ਕਥਾ ਕਰਨ ਵਾਲੇ ਕਹਿੰਦੇ ਨਾ ਮੈਨੂੰ ਮਾਫ ਕਰਿਓ ਜੀ। ਡਰਿਆ ਹੈ, ਜੈ ਅਨੁਭਵ ਤੈ ਭੈ ਨਹੀਂ, ਬੋਲੋ ਭਲਾ, ਜੈ ਭਉ ਤੈ ਹਰ ਨਾ ਏ। ਕਹਿ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਏ, ਸਾਰੇ ਉਹ ਸੰਤੋ ਗੁਰਸਿੱਖੋ ਮਨ ਵਿੱਚ ਵਿਚਾਰ ਕਰਕੇ ਵੇਖੋ, ਸਭ ਤੋਂ ਵੱਡਾ ਗਹਿਣਾ ਹੈ ਬੰਦੇ ਦੇ ਅੰਦਰੋਂ ਅਨੁਭਵ ਦਾ ਗਿਆਨ ਆਵੇ। ਆਖਿਆ ਭਲਿਆ ਇਹ ਸੋਨੇ 'ਚ ਤਾਂ ਪੈਣਾ ਨਹੀਂ, ਸੇਵਾ ਦੇ ਭਾਂਡੇ 'ਚ ਪੈਣਾ, ਸੇਵਾ ਕੀਤੀ ਕਿੰਨਾ ਭਲਾ ਪੁਰਸ਼ ਬਜ਼ੁਰਗ ਹੋਊਗਾ। ਐਡਾ ਲੰਮਾ ਦਾੜਾ ਸੀ ਆਪ ਜੀ ਦੇ ਗਿਆਤ ਵਜੋਂ ਕਾਂ, ਗੁਰੂ ਅਮਰਦਾਸ ਮਹਾਰਾਜ ਦਾ ਸਰੀਰਕ ਕੱਦ ਬੜਾ ਮਧਰਾ ਸੀ, ਇਤਨਾ ਖੁੱਲ੍ਹਾ ਦਾੜਾ ਹੱਥ ਵਿੱਚ ਫੜ ਲਿਆ, ਦੋ ਅੱਥਰੂ ਸੁੱਟ ਕੇ ਕਿਹਾ ਸਾਹਿਬਾ ਸੇਵਾ ਨਹੀਂ ਹੋਈ, ਫਿਰ ਕਿਹੜਾ ਭਾਂਡਾ ਲਿਆਵਾਂ। ਆਖੋ ਵਾਹਿਗੁਰੂ, ਉਹ ਤੇ ਭਾਂਡਾ ਮੇਰੇ ਕੋਲ ਹੈ ਨਹੀਂ। ਉੱਤੋਂ ਆਵਾਜ਼ ਆਈ ਭਾਂਡਾ ਪ੍ਰਾਪਤ ਕਰ ਲਾ। ਬਜ਼ੁਰਗ ਨੇ ਆਖਿਆ ਫਿਰ ਬਖਸ਼ ਦੋ ਭਾਂਡਾ, ਕੋ ਪਤਾ ਲੱਗਾ ਭਾਂਡਾ, ਆਖਿਆ ਉਹ ਗਾਗਰ ਚੁੱਕ, ਇਹੀ ਕਿਹਾ ਸੀ, ਕੀ ਕਿਹਾ ਸੀ, ਗਾਗਰ ਚੁੱਕ ਭਾਂਡਾ ਬਖਸ਼ਣ ਲੱਗੇ ਨੇ, ਸੇਵਾ ਦਾ ਭਾਂਡਾ ਬਖਸ਼ਣ ਲੱਗੇ, ਗਾਗਰ ਚੁੱਕ ਲਈ ਬਜ਼ੁਰਗ ਸਰੀਰ ਨੇ, ਚੁੱਕ ਲਈ ਮੋਢੇ ਤੇ ਰੱਖ ਲਈ, ਕੀ ਕਰਾਂ ਜੀ। ਜਾ ਬਿਆਸਾ ਦਰਿਆ ਦੇ ਵਿੱਚੋਂ ਰੋਜ਼ ਲਿਆਉਣਾ, ਨੇਮ ਨਾਲ ਲਿਆਉਣਾ, ਨੇਮ ਚੋਂ ਪ੍ਰੇਮ ਪੈਦਾ ਹੁੰਦਾ, ਇਹਨਾਂ ਪਤਾ ਜੇ ਕਿ ਨਹੀਂ। ਇੱਧਰ ਵੇਖੋ ਤੁਸੀਂ ਮੇਰੇ ਲੱਖਾਂ ਨਾ ਮਿਟੋ, ਭਗਤੀ ਨੂੰ ਰੰਗ ਚੜ੍ਹਦਾ ਜੇ ਅੱਖਾਂ ਮਿਟੀ ਜਾਂਦੇ, ਗਾਗਰ ਚੁੱਕ ਲਾ ਤੇ ਨੇਮ ਨਾਲ ਲਿਆਉਣਾ ਹੈ, ਨੇਮ। ਜਿਹੜੇ ਲੋਕ ਨੇਮ ਤੇ ਹੀ ਖਲੋ ਗਏ ਉੱਥੋਂ ਪ੍ਰੇਮ ਪੈਦਾ ਨਹੀਂ ਹੋਇਆ, ਨੇਮ ਅਰਦਾਸ ਕਰੇ ਇਹਦੇ ਵਿੱਚੋਂ ਪ੍ਰੇਮ ਪੈਦਾ ਹੋਵੇ। ਨਹੀਂ ਪਤਾ ਲੱਗਾ ਜੀ, ਤੁਸੀਂ ਰੋਜ਼ ਨਿਤਨੇ ਪੰਜ ਬਾਣੀਆਂ ਦਾ ਕਰਦੇ ਹੋ, ਪੰਜ ਬਾਣੀਆਂ ਤੇ ਰਹਿ ਜਾਂਦੇ ਹੋ ਸਰੀਰ ਛੱਡਣ ਲੱਗੇ, ਜੇ ਕਿਤੇ ਤੁਸੀਂ ਅਰਦਾਸ ਕਰਦੇ ਗਰੀਬ ਨਿਵਾਜ ਇਸ ਨੇਮ ਵਿੱਚੋਂ, ਕੱਚੇ ਅੰਬ ਨੂੰ ਦੰਦੀ ਵੱਢ ਕੇ ਵੇਖੋ ਕਿੰਨਾ ਖੱਟਾ ਹੁੰਦਾ ਤੇ ਸਖਤ ਵੀ ਹੁੰਦਾ। ਇਸ ਤਰ੍ਹਾਂ ਜਿੰਨੇ ਲੋਕੀ ਨੇਮੀ ਨੇ ਨਾ ਇਹ ਬਹੁਤ ਸਖਤ ਹੁੰਦੇ, ਤੁਸੀਂ ਵੇਖ
ਵੈਸੇ ਅਮਰਜੀਤ ਸਿੰਘ ਪਤਾ ਲੱਗਾ ਕਿ ਨੇਮੀਆਂ ਨੂੰ ਤੁਸੀਂ ਬਹੁਤ ਮਿਲੇ ਹੋ, ਉਹ ਇੱਥੇ ਹੱਥ ਨਾ ਲਾ ਦਿਓ, ਮੇਰਾ ਜਨਮ ਭ੍ਰਿਸ਼ਟ ਹੋ ਜੂ, ਬੜੀ ਸਖਤੀ ਆ। ਆਖੋ ਵਾਹਿਗੁਰੂ। ਨੇਮੀ ਦੀ ਜ਼ਿੰਦਗੀ 'ਚ ਬੜੀ ਕੋਈ ਬੰਦਾ ਸਿੱਖੀ ਬਾਰੇ ਪੁੱਛਣ ਲੱਗੇ ਤੇ ਦੰਦ ਖੱਟੇ ਕਰ ਦਿੰਦਾ, ਕਹਿੰਦਾ ਇਹ ਕੋਈ ਸੌਖੀ ਨਹੀਂ ਗਈ, ਸਿੱਖੀ ਕੋਈ ਸੌਖੀ ਨਹੀਂ ਗਈ। ਉਹੋ ਹੀ ਅੰਬ ਨੇਮ ਲਿਖ ਕੇ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਤੁਰਿਆ ਰਹਿੰਦਾ, ਜਿਹੜਾ ਕੱਚਾ ਹੈ ਤੇ ਹਿੰਮਤ ਨਹੀਂ ਛੱਡਦਾ। ਇੱਕ ਦਿਨ ਐਸਾ ਹੁੰਦਾ, ਤੁਸੀਂ ਵੇਖਿਓ ਅੰਬ ਨੂੰ ਤੋਤੇ ਟੁੱਕਦੇ ਟੁੱਕਦੇ ਆ ਨਾ, ਜਦੋਂ ਪੱਕ ਜਾਂਦਾ ਅੰਬ ਉਦੋਂ ਕਿਉਂ ਨਹੀਂ ਤੋਤੇ ਆਉਂਦੇ? ਜਿਹਦੇ ਜੁੜੇ ਉੱਤੇ ਜਦੋਂ ਅੰਬ ਉਦੋਂ ਤੋਤੇ ਆਉਂਦੇ ਮਾਰਦੇ ਨਾ, ਕਿਉਂ ਨਹੀਂ ਦੱਸੋ? ਹੁਣ ਤੋਤੇ ਦੇ ਕੋਲ ਟੁੱਕਣ ਨੂੰ ਤੇ ਚੁੰਝ ਹੈਗੀ, ਪੀਣ ਨੂੰ ਨਹੀਂ ਹੈਗੀ। ਚੰਗੀ ਤਰ੍ਹਾਂ ਵੇਖਿਓ ਤੋਤੇ ਕੋਲ ਇਤਰਾਂ ਦੀ ਚੁੰਝ ਤੇ ਹੈਗੀ, ਪੀਣ ਲਈ ਇਹੋ ਜਿਹੀ ਬਣਾਉਣੀ ਪੈਂਦੀ। ਜਿੱਦਣ ਕਦੀ ਸੇਵਾ ਬੰਦਗੀ ਕਰਦਿਆਂ ਕਰਦਿਆਂ ਸਭ ਕੁਛ ਬਦਲ ਜਾਂਦਾ ਹੈ ਨਾ, ਉਦਣ ਪ੍ਰੇਮ ਪੈਦਾ ਹੋ ਜਾਂਦਾ। ਆਖੋ ਵਾਹਿਗੁਰੂ। ਫਿਰ ਬੇਨਤੀ ਕਰਾਂ, ਪ੍ਰੇਮ ਸਿੱਧਾ ਨਹੀਂ ਆਉਂਦਾ, ਕੱਚੇ ਅੰਬ ਵਿੱਚੋਂ ਹੀ ਪੱਕਾ ਅੰਬ ਪੱਕਦਾ ਹੈ। ਇੱਕ ਦਿਨ ਐਸਾ ਹੁੰਦਾ, ਅੰਬ ਵੇਂਹਦਿਆਂ ਵੇਂਹਦਿਆਂ ਜਿਹੜਾ ਹਰਿਆ ਸੀ ਨਾ, ਉਹ ਸੂਹਾ ਹੋ ਜਾਂਦਾ। ਉਦਣ ਤੋਤਾ ਉਹਦਾ ਪਿੱਛਾ ਛੱਡ ਦਿੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਤੋਤੇ ਤੈਨੂੰ ਟੁੱਕਦੇ ਨੇ ਨਾ, ਇਹ ਉਨਾ ਚਿਰ ਟੁੱਕਦੇ ਨੇ ਜਿੰਨਾ ਚਿਰ ਤੂੰ ਕੱਚਾ ਆਂਬੇ। ਜਿੱਦਣ ਤੇਰੀ ਇਬਾਦਤ ਪੱਕ ਗਈ, ਤੇਰਾ ਸਿਮਰਨ ਪੱਕ ਗਿਆ, ਇਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਤੋਤੇ ਨੇ ਵੀ ਤੇਰੇ ਵਾਲੇ ਦਰਖਤ ਤੇ ਬੈਠੇ ਹੋਣਾ। ਨਹੀਂ ਪਤਾ ਲੱਗ ਰਿਹਾ ਜੀ? ਤੇਰੇ ਵਾਲੇ ਰਹਿਣਾ ਦੇ ਵਿੱਚ ਹੀ ਆ ਨਾ, ਲੋਭ ਵੀ ਵਿੱਚ ਰਹਿਣਾ ਹੈ, ਮੋਹ ਵੀ ਵਿੱਚ ਰਹਿਣਾ, ਹੰਕਾਰ ਵੀ ਵਿੱਚ ਰਹਿਣਾ ਹੈ। ਮਗਰ ਇਹਨਾਂ ਤੋਤਿਆਂ ਨੇ ਤੈਨੂੰ ਹੁਣ ਟੁੱਕਣਾ ਨਹੀਂ, ਕਿਉਂਕਿ ਇਹਨਾਂ ਦੀ ਖੁਰਾਕ ਕੱਚਾ ਅੰਬ ਆ। ਜਿਹੜੇ ਕੱਚੀ ਬੰਦਗੀ ਰਹਿਣ ਵਾਲੇ ਲੋਕ ਨੇ ਉਹ ਉਸ ਕੱਚੇ ਅੰਬ ਵਰਗੇ ਨੇ, ਜਿਹੜੇ ਖੱਟੇ ਵੀ ਨੇ, ਜਿਹੜੇ ਇੱਕ ਦੂਸਰੇ ਸਿੱਖੀ ਦਾ ਵਧਾਉਂਦੇ ਨਹੀਂ ਗੇ, ਸਿੱਖੀ ਤੋਂ ਤੋੜਦੇ ਨੇ ਲੋਕਾਂ ਨੂੰ। ਜਿਹੜੇ ਪੱਕੇ ਨੇ, ਮੈਂ ਇੱਕ ਭਾਈ ਸਾਹਿਬ ਨੂੰ ਵੇਖਿਆ, ਉਹਨਾਂ ਦਾ ਨਾਮ ਜੀਵਨ ਸਿੰਘ ਸੀ, ਅਖੰਡ ਕੀਰਤਨੀ ਜਥੇ ਦੇ ਸੀ। ਆਖੋ ਵਾਹਿਗੁਰੂ। ਇੱਥੇ ਕੈਨੇਡਾ ਵਿੱਚ ਮੈਂ ਬੇਅੰਤ ਪਰਿਵਾਰਾਂ ਵਿੱਚ ਗਿਆ, ਜਿਨ੍ਹਾਂ ਦੇ ਉਹਨਾਂ ਨੇ ਬੱਚਿਆਂ ਨੂੰ ਚੁੱਕ ਚੁੱਕ ਕੇ ਗੋਦ ਵਿੱਚ ਪਾਇਆ, ਮੱਥੇ ਤੇ ਹੱਥ ਫੇਰ ਫੇਰ ਕੇ ਉਹਨਾਂ ਨੂੰ ਪੰਜ ਬਾਣੀਆਂ ਕੰਠ ਕਰਾਈਆਂ, ਫਿਰ ਉਹਨਾਂ ਨੂੰ ਕੀਰਤਨ ਸਿਖਾਇਆ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਘਰਾਂ ਦੇ ਘਰ ਭਰੇ ਨੇ। ਜਿਹਨੂੰ ਪੁੱਛ ਕੇ ਵੇਖੋ ਤੈਨੂੰ ਨਿਤਨੇਮ ਦੀ ਲਾ ਕਿੱਥੋਂ ਲੱਗੀ, ਕਹਿੰਦੇ ਭਾਈ ਜੀਵਨ ਸਿੰਘ ਨੇ ਲਾਇਆ। ਉਹਨੇ ਨਹੀਂ ਸੀ ਵੇਖਿਆ ਮੇਰੇ ਕੱਪੜੇ ਗੰਦੇ ਹੁੰਦੇ, ਬੱਚਾ ਫੜਿਆ। ਪ੍ਰੇਮੀ ਆਪ ਤਰਦਾ ਹੈ ਤੇ ਕਈਆਂ ਨੂੰ ਉਤਾਰ ਜਾਂਦਾ ਹੈ। ਆਖੋ ਵਾਹਿਗੁਰੂ। ਜਾ ਫੜ ਲਾ ਗਾਗਰ, ਪਾਣੀ ਲੈ ਕੇ ਆਇਆ ਕਰ, ਸੱਤ ਵਚਨ ਕਹਿ ਕੇ ਗਾਗਰ ਲਿਆਉਣੀ ਸ਼ੁਰੂ ਕਰਤੀ। ਆਖੋ ਵਾਹਿਗੁਰੂ। ਤੇ ਇੱਕ ਸ਼ਰਤ ਹੋਰ ਰੱਖਿਓ, ਸੁਚੇਤ ਰਿਹੋ, ਤੁਸੀਂ ਤੇ ਮੈਂ ਸੇਵਾ ਕਰਾਂਗੇ ਨਾ, ਸਾਡੀ ਕੋਈ ਸੇਵਾ ਲਾਵੇ ਵੀ ਸੇਵਾ ਕਰਿਆ ਕਰ। ਤੇ ਕੀ ਕਹਾਂਗੇ? ਕਿੰਨੇ ਕੁ ਦਿਨ ਜੀ ਕਹਾਂਗੇ ਕਿ ਨਹੀਂ? ਬੋਲੋ ਨਾ, ਸੰਤ ਜੀ ਮੇਰੀ ਸੇਵਾ ਲਾਈ ਜੇ, ਕਿੰਨੇ ਦਿਨ ਲਾਈ ਜੇ? ਇਸ ਸੇਵਾਦਾਰ ਨੇ ਇਹ ਨਹੀਂ ਪੁੱਛਿਆ। ਇੱਕ ਦਿਨ ਲੰਘ ਗਿਆ, ਤੇਰੇ ਤੇ ਪਿੰਡਾਂ ਕੋਲ ਇੱਕ ਦਿਨ ਲੰਘ ਗਿਆ, ਇੱਕ ਹਫ਼ਤਾ ਲੰਘ ਗਿਆ, ਇੱਕ ਮਹੀਨਾ ਲੰਘ ਗਿਆ, ਇੱਕ ਸਾਲ ਲੰਘ ਗਿਆ, ਦੋ ਸਾਲ ਲੰਘ ਗਏ। ਸਮਝ ਰਹੇ ਨਾ? ਇੱਥੇ ਬੈਠੇ ਹੋ ਨਾ,
ਦੋ ਸਾਲ ਲੰਘ ਗਏ, ਤਿੰਨ ਸਾਲ ਲੰਘ ਗਏ, ਚਾਰ ਸਾਲ ਲੰਘ ਗਏ, 12 ਸਾਲ ਲੰਘ ਗਏ, 12 ਸਾਲ ਗਾਗਰ ਇੱਥੇ ਮੋਢੇ ਤੇ ਰੱਖੀ ਤੇ ਸਵੇਰਾ ਜਲ ਲਿਆਉਣਾ ਤੇ ਲਿਆ ਕੇ ਮਹਾਰਾਜ ਪਾਤਸ਼ਾਹ ਨੂੰ ਇਸ਼ਨਾਨ ਕਰਾਉਣਾ। ਸੁਣਿਆ ਤੁਸੀਂ ਵੀ ਇੱਕ ਦਿਨ ਠੇਡਾ ਲਾ ਕੇ ਬੋਲਿਆ ਕਰੋ, ਭੈਣੋ ਬੜੀ ਦੂਰ ਚਲੋਗੀ ਜੇ ਚੁੱਪ ਰਹੀਆਂ ਤੇ, ਪਤਾ ਨਹੀਂ ਕਿੱਥੇ ਫਿਰ ਰਹੀਆਂ ਜੇ। ਸਾਰੇ ਬੋਲੋ, ਠੇਡਾ ਲਾ ਕੇ ਡਿੱਗ ਪਏ, ਜਿਦਣ ਡਿੱਗ ਪਏ ਤੇ ਗਾਗਰ ਖਾਲੀ ਹੋ ਗਈ, ਪਾਣੀ ਡੁੱਲ ਗਿਆ, ਪਿੱਛੇ ਜਾਂਦੇ ਨਹੀਂ ਕਿਉਂਕਿ ਇਸ਼ਨਾਨ ਦਾ ਟਾਈਮ ਹੋ ਗਿਆ, ਅੱਗੇ ਆ ਗਏ। ਆਖੋ ਵਾਹਿਗੁਰੂ, ਅੱਗੇ ਮਹਾਰਾਜ ਨੇ ਇਸ਼ਨਾਨ ਕਰ ਲਿਆ ਸੀ, ਪੁਰਖਾ ਕਿੱਥੇ ਰਹੇ? ਆ ਸੁਣਨ ਵਾਲੇ ਬੋਲ ਜੇ ਟਿੱਕ ਕੇ ਸੁਣੋਗੇ ਤੇ। ਆਖੋ ਵਾਹਿਗੁਰੂ, ਪੁਰਖਾ ਕਿੱਥੇ ਰਹਿ ਗਿਆ ਸੈਂ? ਪਰਮਜੀਤ ਸਿੰਘ ਧਿਆਨ ਨਾ, ਕਿੱਥੇ ਰਹਿ ਗਿਆ ਸੈਂ? ਤੇ ਬਾਬੇ ਅਮਰਦਾਸ ਮਹਾਰਾਜ ਨੇ ਹੱਥ ਜੋੜ ਕੇ ਗਾਗਰ ਇੱਥੇ ਲਈ, ਆਖਿਆ ਜੀ ਟਹਿ ਪਿਆ ਸਾਂ। ਬੋਲੋ ਭਲਾ ਕੀ ਆਖਿਆ? ਤੇ ਟੈਂਦਾ ਤੇ ਕੋਈ ਪਾਗਣ ਵਾਲਾ ਆਇਆ, ਸਤਿਗੁਰ ਅੱਗੇ ਟਹਿ ਪਾਓ ਲਿਖਿਆ ਗੁਰਬਾਣੀ ਚ, ਕੁਛ ਕਹਿਣਾ ਪੈਣਾ ਜੀ ਟਹਿ ਕੇ ਉਹਨਾਂ ਨੂੰ? ਕਹਿੰਦੇ ਕੁਛ ਵੀ ਨੀ ਬੋਲਣਾ ਪੈਣਾ, ਟਹਿਣਾ ਪੈਣਾ ਹੈ, ਸਭ ਕੁਛ ਜਾਣੀ ਜਾਣ, ਸਭ ਕੁਛ ਉੱਥੇ ਦੱਸਣਾ ਪੈਣਾ ਹੀ ਨਹੀਂ, ਕੁਛ ਵੀ ਜਾਣੀ ਜਾਣਾ ਵਾਹਿਗੁਰੂ ਪਰਮੇਸ਼ਵਰ, ਮਗਰ ਜ਼ਰੂਰਤ ਕਾਹਦੀ ਹੈ? ਟਹਿਣ ਦੀ। ਤੇ ਜਦੋਂ ਕੋ ਪੁਰਾਣਾ ਮਕਾਨ ਟਹਿੰਦਾ ਹੈ ਨਾ, ਤੇ ਉਸੇ ਘੜੀ ਉਸ ਜਗ੍ਹਾ ਤੇ ਫਿਰ ਨਵਾਂ ਮਕਾਨ ਬਣਦਾ ਹੈ। ਸੱਚੀ ਮਿੱਤੀ ਇਸ ਤਰ੍ਹਾਂ ਹੋਇਆ। ਆਖੋ ਵਾਹਿਗੁਰੂ, ਜਦੋਂ ਆਖਿਆ ਟਹਿ ਪਿਆ ਸੈਂ, ਤੇ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ ਆਖਿਆ ਸੱਚੀ ਮੁੱਚੀ ਟਹਿ ਪਿਆ ਸੈਂ? ਆਹ ਬੜੀ ਪਿਆਰੀ ਕਹਾਣੀ ਹੈ, ਸੱਚੀ ਮੁੱਚੀ ਟਹਿ ਪਿਆ ਸੈਂ? ਕਹਿੰਦਾ ਹਾਂ ਮਹਾਰਾਜ ਟਹਿ ਪਿਆ ਸਾਂ। ਅੱਛਾ, ਆਹ ਗਾਗਰ ਵਿੱਚ ਕੀ ਹੋ? ਮਹਾਰਾਜ ਖਾਲੀ ਹੋ ਗਈ। ਇਹ ਬੜੇ ਇਸ਼ਾਰੇ ਦੇ ਬੋਲ ਨੇ। ਆਖੋ ਵਾਹਿਗੁਰੂ, ਕੀ ਆਖਿਆ? ਸੱਚੀ ਮੁੱਚੀ ਖਾਲੀ ਹੋ ਗਈ। ਕੀ ਪੁੱਛ ਰਿਹਾ ਗੁਰੂ? ਕਿਸੇ ਨੂੰ ਰਮਜਾਨ ਦਾ ਪਤਾ ਇਹਨਾਂ ਦਾ? ਸੱਚਮੁੱਚ ਹੀ ਖਾਲੀ ਹੋ ਗਈ। ਆਹ ਕਬੀਰ ਗਾਗਰ ਜਲ ਭਰੀ, ਇਹ ਵੀ ਇੱਕ ਗਾਗਰ ਹੈ, ਸੇਵਾ 12 ਸਾਲ ਕਰ ਕਰਕੇ ਖਾਲੀ ਹੋ ਗਈ ਸੱਚਮੁੱਚ ਹੀ, ਹੋਮੇ ਤੋਂ ਖਾਲੀ ਹੋ ਗਈ। ਭੱਜੇ ਫਿਰ ਰਹੇ ਹੋ ਤਾਂ ਨਹੀਂ ਪਤਾ ਲੱਗ ਰਿਹਾ, ਦੇਖ ਕੇ ਸੁਣੋ, ਸੱਚਮੁੱਚ ਹੀ ਖਾਲੀ ਹੋ ਗਈ। ਚੁੱਕ ਕੇ ਗਾਗਰ ਜਿਹੜੀ ਮਿੱਟੀ ਵਾਲੀ ਸੀ, ਭਾਂਡਾ ਸੀ ਜਿਹੜਾ ਕਹੇ ਦਾ ਜਾਂ ਕਾਹੇ ਦਾ, ਲਿਆ ਕੇ ਤਖ਼ਤ ਤੇ ਰੱਖ ਕੇ ਆਖਿਆ ਵੇਖ ਲਓ ਜੀ ਖਾਲੀ ਹੋ ਗਈ, ਪਾਣੀ ਸਾਰਾ ਵਿੱਚੋਂ ਡੁੱਲ ਗਿਆ, ਜਿਹੜੀ ਭਰੀ ਸੀ ਨਾ ਉਹ ਖਾਲੀ ਹੋ ਗਈ। ਸਰਕਾਰ ਨੇ ਉਸ ਗਾਗਰ ਨੂੰ ਪਰੇ ਨੂੰ ਹੱਥ ਕਰਕੇ ਆਖਿਆ ਉਰੇ ਕਰਾਂ ਵੇਖਾਂ ਖਾਲੀ ਹੋ ਗਈ। ਕੀ ਕਹਿ ਰਹੇ ਸੀ ਭਲਾ? ਬੋਲੋ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ। ਅੱਗੇ ਪੜੋ, ਕੀ ਉਹ ਸੇਵਾ ਕਰਦਿਆਂ ਕਰਦਿਆਂ ਵਿੱਚੋਂ ਹੋਮੇ ਚਲੇਗੀ, ਖਾਲੀ ਹੋ ਗਈ? ਲਾਗੇ ਕਰਕੇ ਵੇਖਿਆ ਤੇ ਸੱਚੀ ਮੁੱਚੀ ਬਾਬੇ ਅਮਰਦਾਸ ਮਹਾਰਾਜ ਦੇ ਸਰੀਰ ਦੇ ਵਿੱਚੋਂ ਮੇਰੇ ਸਾਹਿਬ ਨੂੰ ਮੈਂ ਤੇ ਹੋਮੇ ਦੀ ਕੋਈ ਬਦਬੋ ਨਹੀਂ ਵਿੱਚੋਂ ਸਰੀਰ ਚੋਂ ਆਈ, ਸੇਵਾ ਕਰ ਕਰਕੇ ਸਭ ਕੁਛ ਮੁੱਕ ਗਿਆ, ਸੜ ਗਿਆ ਵਿੱਚੋਂ। ਤੇ ਸਰਕਾਰ ਨੇ ਆਖਿਆ ਹੁਣ ਦੱਸ, ਭਾਂਡਾ ਤੇ ਖਾਲੀ ਹੋ ਗਿਆ, ਕੀ ਪਾਵਾਂ? ਸਤਿਗੁਰੂ ਮੰਗ ਨਹੀਂ ਬਦਲੀ, ਮੰਗ ਉਹੀ ਆ,
ਮੰਗ ਜਿਹੜੀ ਪਹਿਲੇ ਦਿਨ ਆਣ ਕੇ ਮੰਗੀ ਸੀ ਉਹੋ ਹੀ ਮੰਗ ਬਖਸ਼ ਦਿਓ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿੰਨਾ ਕੁ ਦਵਾਂ? ਅਖ ਵਾਹਿਗੁਰੂ ਮਹਾਰਾਜ ਭਖਾਰੀ ਦੀ ਰੋਟੀ ਚੱਲਦੀ ਰਹੇ, ਭਿਖਾਰੀ ਦਾ ਸਿਮਰਨ ਚੱਲਦਾ ਰਹੇ। ਮਹਾਰਾਜ ਪਾਤਸ਼ਾਹ ਨੇ ਕੋਲ ਕਰਕੇ ਅੱਖਾਂ 'ਚ ਅੱਖਾਂ ਪਾਈਆਂ, ਉਹ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਵਾਲੀ ਉਹ ਖਾਲੀ ਭਾਂਡੇ 'ਚ ਰੱਖਤੀ। ਕੱਲ੍ਹ ਦਾ ਮੰਗਤਾ ਜਿਹੜਾ ਆਇਆ ਸੀ ਨਾ, ਹਮ ਭੀਖਕ ਅਤੇ ਤੂੰ ਨਿੱਜ ਪਤ ਹੈ, ਉਹਨੂੰ ਭਿਖਾਰੀ ਨਹੀਂ ਰਹਿਣ ਤਾਜ। ਤੁਸੀਂ ਆਏ ਹੋ ਕਦੀ ਇਸ ਤਰ੍ਹਾਂ? ਆਏ ਹੋ ਇੱਥੇ ਇੱਕ ਛਿਣ ਮੈਂ, ਇਤਰਾਂ ਗੁਰਬਾਣੀ 'ਚ ਲਿਖਿਆ ਇੱਕ ਛਿਣ ਕੇ ਆਖਦੇ, ਉੱਥੇ ਤੇ ਲਿਖਿਆ ਇੱਕ ਛਿਣ ਮੈਂ ਮੇਰਾ ਸਭ ਦੁੱਖ ਕੱਟਿਆ। ਆਖਦੇ ਫਰਕੇ ਜਿੰਨਾ ਸਮਾਂ ਮੈਂ ਸੱਚੀ ਮੁੱਚੀ ਖਾਲੀ ਭਾਂਡਾ ਕਰਕੇ ਲਿਆਇਆ, ਗੁਰੂ ਨੇ ਭਰਤਾ। ਛਿਣ ਮੈਂ ਊਣੇ ਸੋ ਭਰ ਭਰਿਆ, ਇੱਕ ਅੱਖ ਦੇ ਫਰੱਕੇ ਜਿੰਨੇ ਸਮੇਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿਹੜਾ ਸਿੱਖ ਮੰਗਣ ਆਉਂਦਾ ਹੈ, ਖਾਲੀ ਹੋ ਕੇ ਆਉਂਦਾ ਹੈ, ਮੇਰਾ ਗੁਰੂ ਨਾਨਕ ਨਜ਼ਰੀ ਨਜ਼ਰ ਨਿਹਾਲ ਕਰ ਦਿੰਦਾ। ਜੇ ਨਹੀਂ ਖਾਲੀ ਅੱਜ ਤੱਕ ਹੋ ਸਕੇ, ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਆ, ਮੈਨੂੰ ਮਾਲ ਧਨ ਦਾ ਅਸਬਾਬ ਦਾ ਹੰਕਾਰ ਹੈ, ਮੈਨੂੰ ਜਵਾਨੀ ਦਾ ਹੰਕਾਰ ਹੈ, ਮੈਨੂੰ ਪੈਸੇ ਦਾ ਹੰਕਾਰ ਆ, ਤੇ ਗੁਰੂ ਕਿਆ ਸਿੱਖਾ, ਜੇ ਤੂੰ ਆਪਣੇ ਆਪ ਕੱਢਣ ਲੱਗੋ ਨਾ ਹੰਕਾਰ ਨੂੰ, ਤੇ ਉੱਥੇ ਲਿਖਿਆ ਨਿਮੁਖ ਨਿਮੁਖ ਕਰ ਸਰੀਰ ਕਟਾਵੇ। ਉੱਚੀ ਬੋਲੋ, ਇਹ ਬਾਣੀ ਤੁਹਾਨੂੰ ਕੰਠਿਆ ਬੋਲਦੇ ਹੋ, ਇਹਨੂੰ ਮਹਿਸੂਸ ਕਰੋ ਵੀ ਸਿਰ ਨਵਾਉਣ ਨਾ। ਇੱਥੇ ਲਿਖਿਆ ਜੇ ਕੋਈ ਨੱਕ ਰਗੜ ਦੇਵੇ, ਕਹਿੰਦੇ ਕਰੋੜ ਜਨਮ ਤੈਨੂੰ ਨੱਕ ਮਿਲੇ, ਕਰੋੜ ਜਨਮ ਰਗੜ ਰਗੜ ਕੇ ਨੱਕ ਰਗੜਦੇ ਸਾਰਾ ਹੀ ਘਸਾ ਦੇ, ਹੋਮੇ ਤੇ ਫੇਰ ਰਹੂਗੀ। ਇਹ ਤੇ ਹੋਮੇ ਕੱਢਣ ਦਾ ਕੋਈ ਰਾਹ ਨਹੀਂ ਵੀ ਨੱਕ ਰਗੜ ਦੋ। ਮੈਂ ਸੀਸ ਗੰਦ ਸਾਹਿਬ 25-25 ਸਾਲ ਤੋਂ ਜਿਹੜੇ ਜੋੜਿਆ ਖਾਨੇ ਸੇਵਾ ਕਰਦੇ ਨੇ, ਇਤਰਾਂ ਵੇਖੇ ਹੰਕਾਰ ਨਾਲ ਪਰੇ। ਓਏ ਤੂੰ ਪਹਿਲੇ ਦਿਨ ਆਣ ਕੇ ਇੱਥੇ ਖਲੋ ਗਿਆ, ਮੈਂ 25 ਸਾਲ ਤੋਂ ਇੱਥੇ ਖਲੋਨਾ, ਮੈਂ ਤੇ ਮੁੱਕੀ ਨਹੀਂ ਵਿੱਚੋਂ। ਮੈਂ ਮੁਕਾਉਣ ਦਾ ਕੋਹਰਾ ਉਹ ਰਾਹ ਗੁਰੂ ਨੇ ਦੱਸਿਆ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਵਾਹਿਗੁਰੂ ਵਾਹਿਗੁਰੂ ਵਾਹਿ, ਇਹ ਰੇਤੀ ਆ ਰਗੜ ਦੋ, ਵਾਹਿਗੁਰੂ ਵਾਹਿਗੁਰੂ ਵਾਹਿ। ਰਗੜ ਦੋ ਰਗੜ ਦੋ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਦੇ ਕੇ ਭਰ ਕੇ ਨੱਕੋ ਨੱਕ ਤੇ ਆਖਿਆ ਭਲਿਆ ਪੁਰਸ਼ਾ, ਕੀ ਆਖਿਆ ਸੀ ਉਸ ਘੁਮਿਆਰੀ ਨੇ ਜਲਾਈ ਨੇ? ਮਹਾਰਾਜ ਇਸ ਤਰ੍ਹਾਂ ਦੇ ਬੋਲ ਬੋਲਦੀ ਸੀ, ਨਥਾਵਾਂ ਹੈ ਕੀ ਬੋਲਦੀ ਸੀ? ਤੈਨੂੰ ਨਹੀਂ ਪਤਾ ਉਹਨਾਂ ਲਈ ਇਸ ਗੱਲ ਦਾ? ਤੈਨੂੰ ਨੌਜਵਾਨ ਪਤਾ ਵੀ ਇਸ ਤਰ੍ਹਾਂ ਕਿਹਾ ਸੀ?
ਜੁਲਾਈ ਨੇ ਆਖਿਆ ਇਹਦਾ ਕੋਈ ਰਹਿਣ ਸਹਿਣ ਨੂੰ ਥਾਂ ਕੋਈ ਨੀ, ਕੁੜਮਾਂ ਦੇ ਘਰ ਰਹਿੰਦਾ, ਨਥਾਵਾਂ ਹੈ, ਨਵਾਣਾ ਜਿਹਾ ਹੈ, ਨਤਾਣਾ ਜਿਹਾ ਹੈ, ਵਿਚਾਰਾ ਗਰੀਬ ਧੀ ਦੇ ਬੂਹੇ ਅੱਗੇ ਬੈਠਾ, ਕੁੜਮਾਂ ਦੇ ਬੂਹੇ ਅੱਗੇ ਬੈਠਾ। ਲੈ ਸੱਜਣਾ ਹੁਣ ਕਰ ਝੋੜੀ। ਉਹ ਕਹਿੰਦੀ ਇਹਦਾ ਮਾਣ ਕੋਈ ਨਹੀਂ, ਐਸਾ ਤੈਨੂੰ ਗੁਰੂ ਨਾਨਕ ਭਰਨ ਲੱਗਾ, ਤੂੰ ਹੁਣ ਨਿਮਾਣਿਆਂ ਦਾ ਮਾਣ ਹੈ। ਤੈਨੂੰ ਨਤਾਣਾ ਕਿਹਾ ਸੀ ਉਹਨੇ, ਅੱਜ ਤੋਂ ਤੂੰ ਨਤਾਣਿਆਂ ਦਾ, ਤੂੰ ਨਥਾਵਿਆਂ ਦਾ, ਤੂੰ ਨਗੱਤਿਆਂ ਦੀ, ਤੂੰ ਨਪੱਤਿਆਂ ਦੀ। ਕੋਈ ਮੰਗੇ ਤਾਂ ਸਹੀ, ਇੱਥੇ ਆਣ ਕੇ ਕਵੇ ਤਾਂ ਸਹੀ, ਹਮ ਭਿੱਖ ਕਵੇ ਤਾਂ ਸਹੀ, ਕਹਿਣਾ ਹੋਰ ਗੱਲ ਆ, ਮੰਨਣਾ ਮਹਿਸੂਸ ਹੋਣਾ ਵੀ ਅਸੀਂ ਹਾਂ ਹੀ ਭਿਖਾਰੀ ਆ ਤੇਰੇ, ਤੂੰ ਨਿੱਜ ਪਤ ਹੈ। ਇੱਕ ਗੱਲ ਚੇਤੇ ਰੱਖਿਓ ਅਮਰਜੀਤ ਸਿੰਘ, ਨਿੱਜ ਪਤ ਰੋਜ਼ ਪੜ੍ਹ ਦਿਓ, ਅਰਥ ਕਦੀ ਕਰਨਾ ਹੋਵੇ ਕੋਈ ਪੁੱਛ ਲੈ ਵੀ ਨਿੱਜ ਪਤ ਦਾ ਕੀ ਅਰਥ ਆ। ਚਮਕੌਰ ਸਾਹਿਬ ਨਿੱਜ, ਨਿੱਜ ਮਣੇ ਆਪ, ਪਤ ਮਣੇ ਪਾਤਸ਼ਾਹ। ਹਰ ਦੇਵੀ ਕੋਲੋਂ ਮੰਗੋ ਕੁਝ, ਦੇਵਤੇ ਕੋਲੋਂ ਮੰਗੋ, ਬਾਬੇ ਕੋਲੋਂ ਮੰਗੋ, ਕਿਸੇ ਫਕੀਰ ਕੋਲੋਂ ਮੰਗੋ, ਮਹਾਰਾਜ ਇਹਨਾਂ ਨੂੰ ਇਹ ਕੁਝ ਦੇ ਦਿਓ। ਨਿੱਜ ਆਪ ਪਤ ਮਣੇ ਪਾਤਸ਼ਾਹ। ਸਤਿਗੁਰੂ ਤੂੰ ਕਿਸੇ ਕੋਲੋਂ ਮੰਗ ਕੇ ਨਹੀਂ ਦਿੰਦਾ, ਤੂੰ ਖੁਦ ਉੱਚੀ ਬੋਲੋ, ਨਿੱਜ ਪਾਤ ਪਤ ਤੂੰ ਕਿਸੇ ਕੋਲੋਂ ਮੰਗ ਕੇ ਨਹੀਂ ਦੇਣਾ। ਅੱਜ ਤੱਕ ਜਿੰਨੇ ਪੁੱਤ ਮੰਗਿਆ ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਕਿਹਾ ਮਹਾਰਾਜ ਇਹਨੂੰ ਪੁੱਤ ਦੇ ਦਿਓ, ਨਹੀਂ ਅਜੇ ਪਤਾ ਲੱਗਾ, ਜੇ ਪਤਾ ਲੱਗਾ ਤੇ ਦੱਸੋ ਗੁਰੂ ਕਿਸ, ਐਵੇਂ ਨਾ ਸਿਰ ਲਾਇਓ, ਆਖੋ ਵਾਹਿਗੁਰੂ। ਕਦੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੂੰ ਕਹਿਣਗੇ ਵੀ ਇਹਨੂੰ ਪੁੱਤ ਦੇ ਦਿਓ ਜੀ? ਕਿਉਂ? ਨਿੱਜ ਪਤ ਨੇ, ਨਿੱਜ ਮਣੇ ਆਪ, ਪਤ ਮਣੇ ਪਾਤਸ਼ਾਹ। ਤੇ ਪਾਤਸ਼ਾਹ ਕਿਸੇ ਕੋਲੋਂ ਮੰਗਦੇ ਨਹੀਂ, ਪਾਤਸ਼ਾਹ ਆਪ ਇੰਨਾ ਸਮਰੱਥ ਹੁੰਦਾ ਹੈ ਜਿਹੜੀ ਚੀਜ਼ ਆਪਣੀ ਚੁੱਕ ਕੇ ਕਿਸੇ ਦੀ ਝੋਲੀ ਚ ਪਾਦਾ। ਤੇ ਕਮਾਲ ਦੀ ਗੱਲ ਆ, ਉਹ ਮੁੱਕਦੀ ਨਹੀਂ। ਹੁਣੇ ਬਾਬੇ ਨਿਧਾਨ ਸਿੰਘ ਦੇ ਵਚਨ ਸੁਣ ਰਹੇ ਸੋ, ਕੱਲ ਵੀ ਵਿਚਾਰ ਕਰਾਂਗੇ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਜਿੱਦਣ ਵੰਡਣ ਦੀ ਗੱਲ ਆਈ ਨਾ, ਆਖਿਆ ਜੀ ਤੁਹਾਡਾ ਬਟੂਆ ਵੀ ਹੈਗਾ, ਅਕਸਰ ਕਥਾ ਇਹੀ ਸੁਣਦੇ ਹੋ ਨਾ, ਮੇਰਾ ਖੀਸਾ ਤੇ ਤੇਰਾ ਹੱਥ, ਤੁਹਾਡਾ ਕੋਈ ਬਟੂਆ ਹੈਗਾ ਜਿਹਦੇ ਚੋਂ ਕੱਢ ਕੱਢ ਕੇ ਵਰਤੀ ਜਾਵਾਂ? ਕਿਹਨੇ ਕਿਹਾ? ਬਾਬੇ ਨਿਧਾਨ ਸਿੰਘ ਸਾਹਿਬ ਨੇ ਕਿਹਾ ਵੀ ਤੁਹਾਡਾ ਵੀ ਕੋਈ ਬਟੂਆ ਹੈ, ਤੇ ਗੁਰਬਾਣੀ ਦੇ ਵਿੱਚ ਲਿਖਿਆ ਹਾਂ ਹੈ, ਗੁਰੂ ਕੋਲ ਵੀ ਇੱਕ ਬਟੂਆ ਹੈ। ਕਿਹੜਾ ਹੋਊਗਾ ਭਲਾ, ਦੱਸੋ? ਹਾਂ ਨਹੀਂ, ਆਖੋ ਵਾਹਿਗੁਰੂ। ਖੰਡ ਬ੍ਰਹਿਮੰਡ ਮੈਂ, ਖੰਡਾ ਬ੍ਰਹਿਮੰਡਾ ਚ ਸਿੰਘੀ ਮੇਰਾ ਬਟੂਆ, ਸਿੰਘੀ ਮਣੇ ਸ਼ਬਦ। ਗੁਰੂ ਨੇ ਕਿਹਾ ਮੇਰਾ ਬਟੂਆ ਹੈ ਕੀ? ਤੇ ਐਡਾ ਵੱਡਾ ਬਾਬੇ ਨਿਧਾਨ ਸਿੰਘ ਨੂੰ ਕਿਹਾ ਬਟੂਆ ਮੇਰਾ ਸ਼ਬਦ ਅਖੁੱਟ ਬਾਬਾ ਨਾਨਕਾ, ਜਿੰਨਾ ਮਰਜ਼ੀ ਬਾਬਾ ਨਿਧਾਨ ਸਿੰਘ ਚੋਂ ਕੱਢ ਕੱਢ ਕੇ ਵਰਤੀ ਜਾਵੀਂ, ਦੁਨੀਆਂ ਭਰ ਦੇ ਲੰਗਰਾਂ ਚੋਂ ਅੱਜ ਵੀ ਵੱਡਾ ਲੰਗਰ ਬਾਬੇ ਨਿਧਾਨ ਸਿੰਘ ਸਾਹਿਬ ਦਾ ਹਜੂਰ ਸਾਹਿਬ ਚੱਲਦਾ ਹੈ। ਕੋਈ ਬੰਦਾ ਜਿਹਨੂੰ ਦੂਸਰੀਆਂ ਕਮੇਟੀਆਂ ਨਾ ਥਾਂ ਦੇਣ, ਉੱਥੇ ਕਮਰਾ ਮਿਲਦਾ ਏ, ਉੱਥੇ ਰੋਟੀ ਮਿਲਦੀ ਆ, ਉੱਥੇ ਬਹਿਣ ਨੂੰ ਪਿਆਰ ਮਿਲਦਾ ਏ। ਇੱਕੋ ਹੀ ਉਹ ਜਗ੍ਹਾ ਜਿੱਥੇ ਬਾਬਾ ਬਲਵਿੰਦਰ ਸਿੰਘ ਸਾਹਿਬ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਦੇਸ਼ਾਂ ਵਿਦੇਸ਼ਾਂ ਚੋਂ ਧੀਆਂ ਭੈਣਾਂ ਪਰਿਵਾਰ ਗੁਰਮੁਖ ਪਿਆਰੇ ਹਜ਼ਾਰਾਂ ਦੀ ਗਿਣਤੀ ਚ ਰੋਜ਼ ਰਾਤ ਨੂੰ ਉੱਥੇ ਹੁੰਦੇ ਤੇ ਬਾਬਾ ਬਲਵਿੰਦਰ ਸਿੰਘ ਰੱਬ ਦੇ ਰੰਗ ਵਿਚ ਰੰਗੀ ਹੋਈ ਰੂਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਬਹੁਤ ਸਮਾਂ ਪਹਿਲੋਂ ਦੀ ਦੋ ਚਾਰ ਮਿੰਟ ਹੋਰ ਦਿਓ ਬਹੁਤ ਸਮਾਂ ਪਹਿਲੋਂ ਇੱਕ ਪੂਲਾ ਨਿਹੰਗ ਸੀ ਸੁਣਿਆ ਜੀ ਆਪ ਜੀ ਨੇ ਸਾਰਿਆਂ ਸੁਣਿਆ ਆਖੋ ਵਾਹਿਗੁਰੂ ਇਹ ਹਜ਼ੂਰ ਸਾਹਿਬ ਆਇਆ ਨਾਲ ਜੀਪਾਂ ਨਾਲ ਪੁਲਿਸ ਨਾਲ ਨਿਹੰਗ ਤੇ ਲੁੱਟ ਦਾ ਆਇਆ ਰਾਹ ਦੇ ਵਿੱਚੋਂ ਬਿਸਤਰੇ ਚੁੱਕ ਕੇ ਸੁੱਟ ਲਿਆ ਟਰੱਕਾਂ ਦੇ ਵਿੱਚ ਉਹ ਚੁੱਕ ਲਿਆ ਆਹ ਚੁੱਕ ਲਿਆ ਇੱਥੇ ਆਣ ਕੇ ਕਹਿੰਦਾ ਮੈਂ ਸਤਿਗੁਰਾਂ ਦੇ ਘੋੜੇ ਖੋਲ੍ਹ ਕੇ ਖੜਨੇ ਆ ਕਿੱਥੇ ਹਜ਼ੂਰ ਸਾਹਿਬ ਜਿਹੜੇ ਮਹਾਰਾਜ ਦੇ ਘੋੜੇ ਆ ਇਹ ਮੈਂ ਖੋਲ੍ਹ ਕੇ ਖੜਨੇ ਆ ਸੇਵਾਦਾਰਾਂ ਨੇ ਹੱਥ ਜੋੜੇ ਬਾਬਾ ਜੀ ਜਹਿਦਾਰ ਜੀ ਨਾ ਇਸ ਤਰ੍ਹਾਂ ਕਰੋ ਰਫਲਾਂ ਕੋਲ ਸੀ ਰੋਬ ਦੇ ਨਾਲ ਕਹਿੰਦਾ ਮੈਂ ਖੜਨੇ ਕੋਈ ਰਾਹ ਨਹੀਂ ਜਦੋਂ ਰਿਹਾ ਬਾਬੇ ਬਲਵਿੰਦਰ ਸਿੰਘ ਨੂੰ ਜਾ ਕੇ ਕਿਹਾ ਬਾਬਾ ਜੀ ਨਾਮ ਜਪਣ ਵਾਲੇ ਚ ਕਿੰਨੀ ਪਾਵਰ ਆ ਨਾਮ ਦੀ ਸ਼ਕਤੀ ਕਿੱਡੀ ਵੱਡੀ ਆ ਬਾਬਾ ਬਲਵਿੰਦਰ ਸਿੰਘ ਜੀ ਉਹ ਤੇ ਕਹਿੰਦੇ ਮੈਂ ਸਤਿਗੁਰਾਂ ਵਾਲੇ ਘੋੜੇ ਲੈ ਜਾਣੇ ਕਹਿੰਦੇ ਕੌਣ ਕਹਿੰਦਾ ਬਾਬਾ ਬੜੇ ਮਸਤਾਨੇ ਆ ਤੁਹਾਡੇ ਚੋਂ ਕਿਸੇ ਨੇ ਦਰਸ਼ਨ ਕੀਤੇ ਹੋ ਆਖੋ ਵਾਹਿਗੁਰੂ ਕਹਿੰਦੇ ਕੌਣ ਕਹਿੰਦਾ ਕਹਿੰਦੇ ਜੀ ਪੂਲਾ ਨਿਹੰਗ ਕਹਿੰਦਾ ਅਸੀਂ ਘੋੜੇ ਲੈ ਜਾਣੇ ਮਹਾਰਾਜ ਵਾਲੇ ਉੱਤੇ ਸਵਾਰੀ ਕਰਨੀ ਮਸਤੀ ਚ ਬੋਲਿਆ ਸਾਧੂ ਕਹਿੰਦਾ ਲੈ ਕੇ ਤੇ ਜਾਣੇ ਇੱਕ ਪਾਸੇ ਖਿਆਲ ਬਣਾਵੇ ਮਨ ਚ ਨਹੀਂ ਪਤਾ ਲੱਗ ਮਨ ਚ ਵੀ ਮੈਂ ਸਤਿਗੁਰਾਂ ਦੇ ਘੋੜੇ ਲੈ ਜਾਣੇ ਆ ਤੇ ਇੱਕ ਵਾਰ ਘੋੜਿਆਂ ਵੱਲ ਨੂੰ ਜਾਵੇ ਫਿਰ ਘੋੜਿਆਂ ਵਾਲਾ ਦੱਸ ਦੂਗਾ ਵੀ ਤੂੰ ਘੋੜੇ ਖੜ ਸਕਦਾ ਕਿ ਨਹੀਂ ਇੰਨਾ ਵਜਨ ਕੀਤਾ ਆਪਣੇ ਚੁੱਕ ਕੇ ਘੋੜੇ ਕਾੜੇ ਜੋ ਟਰੱਕ ਸੀ ਉਹਦਾ ਆਪਣੇ ਚੁੱਕੀ ਫਿਰਦਾ ਏ ਲੈ ਕੇ ਹਜ਼ੂਰ ਸਾਹਿਬ ਦੀ ਹਦੂਦ ਤੋਂ ਬਾਹਰ ਹੋ ਗਿਆ ਇੱਥੋਂ ਤੱਕ ਅੰਦਰ ਡਰਾਤਾ ਨਾਮ ਨੇ ਵੀ ਹਜ਼ੂਰ ਸਾਹਿਬ ਦੀ ਹਦੂਦ ਤੋਂ ਛੇਤੀ ਬਾਹਰ ਚੱਲਿਆ ਜਾ ਨਹੀਂ ਤੇ ਜਲ ਕੇ ਰਾਖ ਹੋ ਜਾਏਗਾ ਇੰਨੀ ਪਾਵਰ ਆ ਨਾਮ ਦੇ ਵਿੱਚ ਉਹ ਬਾਬਾ ਜਪਾਉਂਦਾ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾ ਰਾਤ ਦੇ ਦੀਵਾਨ ਅੱਜ ਪੂਰੇ ਹੋ ਗਏ ਨੇ ਇੱਕ ਦੀਵਾਨ ਕੱਲ ਦਾ ਹੈ ਸੈਕਟਰੀ ਸਾਹਿਬ ਦੱਸਣਗੇ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ ਫਿਰ ਕਦੀ ਸਵਾਸ ਬਖਸ਼ੇ ਰੱਬ ਨੇ ਆਪ ਜੀ ਦੇ ਨਾਲ ਮਿਲਾਪ ਮੇਰੇ ਸਾਹਿਬ ਨੇ ਕਰਾਇਆ ਫਿਰ ਆਪ ਜੀ ਦੇ ਜੋੜੇ ਚੜਨਾ ਆਊਂਗਾ ਗੁਰਦੁਆਰਾ ਗਦਰੀ ਬਾਬਿਆਂ ਦਾ ਇਹਦੇ ਲਈ ਭਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਚਾਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਰੋ ਇਸ ਅਸਥਾਨ ਦੇ ਉੱਤੇ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਇਸ ਅਸਥਾਨ ਦੀ ਆਬਾ ਹੋਰ ਵਧਾਈਏ ਅਮਰ ਛਕੋ ਗੁਰੂ ਵਾਲੇ ਬਣੋ ਸਰਬੱਤ ਦਾ ਭਲਾ ਮੰਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ